ਬਹੁਤ ਪਿਆਰੀ ਇੱਕ ਛੋਟੀ ਭੈਣ ਹੈ, ਸੋਨੀ ਹੈ ਉਹਦਾ ਨਾਮ, ਐਂਡ ਨਿਊਜ਼ੀਲੈਂਡ ਉਹਨਾਂ ਦੀ ਆਪਣੀ ਲੇਬਲ ਹੈਗਾ, ਅਤੇ ਉਹਨਾਂ ਦੇ ਬੁਟੀਕ ਦਾ ਨਾਮ ਹੈਗਾ ਲੇਬਲ ਹਾਊਸ। ਸੋ ਮੈਨੂੰ ਬਹੁਤ ਸੀ ਕਿ ਜਦੋਂ ਵੀ ਮੇਰੀ ਮੂਵੀ ਦੀ ਪ੍ਰਮੋਸ਼ਨਸ ਸ਼ੁਰੂ ਹੋਣੀਆਂ ਤਾਂ ਮੈਂ ਲੇਬਲ ਹਾਊਸ ਦੇ ਆਊਟਫਿਟਸ ਪਾਊਂਗੀ। ਸੋ ਮੈਂ ਲੇਬਲ ਹਾਊਸ ਦਾ ਆਊਟਫਿਟ ਪਾ ਕੇ ਆਈ ਹਾਂ। ਅਤੇ ਕੋਈ ਵੀ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਜਾਂ ਕੈਨੇਡਾ ਹੈ ਨਾ ਹੋਵੇ, ਔਰ ਉਹ ਲੇਬਲ ਹਾਊਸ ਤੋਂ ਹੈ ਨਾ, ਆਨਲਾਈਨ ਸ਼ਾਪਿੰਗ ਵੀ ਉਹ ਸ਼ਿਪਿੰਗ ਵੀ ਕਰ ਦਿੰਦੇ ਹੋ? ਸ਼ਿਪਿੰਗ ਵੀ ਕਰ ਦਿੰਦੇ ਨੇ, ਹਾਂਜੀ। ਅਸੀਂ ਪ੍ਰਮੋਸ਼ਨ ਕਰਦੇ, ਸ਼ੀ ਹੈਜ਼ ਅ ਵੈਰੀ ਬਿਊਟੀਫੁਲ ਬੁਟੀਕ, ਯਾ ਸ਼ੀ ਹੈਜ਼ ਅ ਵੈਰੀ ਵੈਰੀ ਬਿਊਟੀਫੁਲ ਬੁਟੀਕ। ਅਸੀਂ ਵੀ ਪ੍ਰਮੋਸ਼ਨ ਕਰਤੀ ਤੇ ਮੈਮ ਨੇ ਵੀ ਕਰਤੀ ਹੈ। ਥੈਂਕ ਯੂ। ਤੇ ਮੈਨੂੰ ਹੁਣ ਡਿਸਕਾਊਂਟ ਦੇ ਦਿਓ। ਜੀ ਜੀ ਜ਼ਰੂਰ, ਡੋਨਟ ਫੋਰਗੇਟ ਸੋਨੀ। Age should never define a woman, right? And ਇਹ ਜੱਟੀ 15 ਮੁਰੱਬਿਆਂ ਵਾਲੀ ਵੀ ਜਿਹੜਾ ਸੀਗਾ, ਮੈਂ ਖੁਸ਼ਬੂ ਜੀ ਨੂੰ ਜਦੋਂ ਕਿਹਾ ਕਿ ਮੈਂ ਫਿਲਮ ਕਰਨੀ ਆ, ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਮੈਂ ਪੰਜਾਬੀ ਇੰਡਸਟਰੀ ਨੂੰ ਇਹ ਪ੍ਰੂਵ ਕਰਨਾ ਚਾਹੁੰਦੀ ਹਾਂ ਕਿ ਉਮਰ ਕਰਕੇ ਕੋਈ ਔਰਤ ਕੰਮ ਫਿਲਮ 'ਚ ਨਹੀਂ ਆ ਸਕਦੀ, ਮੇਨ ਲੀਡ ਨਹੀਂ ਆ ਸਕਦੀ। ਦੈਟ ਇਜ਼ ਨੋਟ ਫੇਅਰ। ਵਾਈ ਪੰਜਾਬੀ ਸਿਨੇਮਾ, ਰਾਈਟ? ਹੁਣ ਤਾਂ ਇਹ ਕੋਨਸੈਪਟ ਬਾਲੀਵੁੱਡ 'ਚ ਵੀ ਚੇਂਜ ਹੋ ਗਿਆ ਹੈ, ਰਾਈਟ? ਕਿ ਡਜ਼ਨਟ ਮੈਟਰ ਵਟ ਦ ਏਜ ਇਜ਼, ਕੰਮ ਚੰਗਾ ਹੋਣਾ ਚਾਹੀਦਾ। ਐਂਡ ਦੈਨ ਫਿਰ ਮੈਂ ਕਿਸੇ ਹੀਰੋ ਦੇ ਰੋਲ ਲਈ, ਮੈਂ ਉਹਨਾਂ ਦਾ ਨਾਮ ਨਹੀਂ ਲਊਂਗੀ, ਬਟ ਮੈਂ ਹੀਰੋ ਦੇ ਜਿਹੜਾ ਕਿਰਦਾਰ ਸੀ ਉਹਨਾਂ ਲਈ ਕਿਸੇ ਨਾਲ ਮੀਟਿੰਗ ਕੀਤੀ, ਤਾਂ ਉਹ ਕਹਿੰਦੇ ਜੀ ਪੰਜਾਬੀ ਸਿਨੇਮਾ 'ਚ ਵੂਮਨ ਓਰੀਐਂਟਡ ਮੂਵੀ ਚੱਲ ਹੀ ਨਹੀਂ ਸਕਦੀ, ਜਿਹੜੀ ਔਰਤ 'ਤੇ ਬੇਸਡ ਮੂਵੀ ਆ ਉਹ ਚੱਲ ਹੀ ਨਹੀਂ ਸਕਦੀ, ਤੁਸੀਂ ਸਟੋਰੀ ਲਾਈਨ ਬਦਲ ਦਿਓ, ਹੀਰੋ ਬੇਸਡ ਕਰ ਦਿਓ, ਮੈਂ ਮੂਵੀ ਸਾਈਨ ਕਰ ਦੂੰਗਾ। ਨਾ ਉਹ ਫਿਰ ਬਿਜ਼ਨਸ ਵੂਮਨ ਨੇ, ਬਿਜ਼ਨਸ ਕਰਦੀ ਹੈ, ਮੇਰੀਆਂ ਕੰਪਨੀਜ਼ ਨੇ, ਰਾਈਟ? ਸੋ ਮੈਨੂੰ ਪਤਾ ਹੈਗਾ ਕਿ ਜੇ ਮੈਂ ਇੰਨੀ ਅਨਗੋਲੀ ਨਾਲ ਚੱਲੂੰਗੀ ਤਾਂ ਆਈ ਵੁੱਡ ਨੋਟ ਬੀ ਵੇਅਰ ਆਈ ਐਮ ਟੂਡੇ, ਰਾਈਟ? ਸੋ ਜੇ ਬਿਜ਼ਨਸ ਇਸਟੈਬਲਿਸ਼ ਨੇ, ਸਾਰਾ ਕੰਪਨੀਜ਼ ਇਸਟੈਬਲਿਸ਼ ਨੇ, ਉਹ ਮਿਹਨਤ ਕਰਕੇ ਬਣਾਈਆਂ ਆ, ਉਹ ਮਿਹਨਤ ਓਵਰਨਾਈਟ ਨਹੀਂ, ਉਹ ਬਹੁਤ ਮਿਹਨਤ ਹੈ, ਸਾਰੀ ਜ਼ਿੰਦਗੀ ਦੀ ਮਿਹਨਤ ਹੈ, ਰਾਈਟ? ਇਟ ਇਜ਼ ਬਿਕੋਜ਼ ਤੁਹਾਡੀ ਇੱਕ ਵਿਜ਼ਨ ਹੁੰਦੀ ਹੈ, ਤੁਹਾਡਾ ਇੱਕ ਡ੍ਰੀਮ ਹੁੰਦਾ ਕਿ ਮੈਂ ਆਪਣੇ ਆਪ ਨੂੰ ਜ਼ਿੰਦਗੀ 'ਚ ਇੱਥੇ ਦੇਖਣਾ, ਮੈਂ ਇੱਥੇ ਤੱਕ ਜਾਣਾ, ਐਂਡ ਉਹ ਬਿਨਾਂ ਮਿਹਨਤ ਤੋਂ ਨਹੀਂ ਆਪਾਂ ਕਰ ਸਕਦੇ। ਉਸ ਟਾਈਮ ਦੇ ਦਿੱਗਜ ਐਕਟਰਸ ਨਾਲ ਕੰਮ ਕੀਤਾ ਸੀ, ਅਤੇ ਦਾਰਾ ਸਿੰਘ ਅੰਕਲ ਜੀ ਫਿਲਮਸ 'ਚ ਲੈ ਕੇ ਗਏ ਸੀ, ਉਹਦੇ ਕਰਕੇ ਵੀ ਬਹੁਤ ਪਾਪੂਲੈਰਿਟੀ ਹੋ ਗਈ ਸੀ ਕਿ ਦਾਰਾ ਸਿੰਘ ਜੀ ਮੂਵੀ 'ਚ ਲੈ ਕੇ ਆਇਆ। ਪੀਪਲ ਯੂਜ਼ ਟੂ ਕੰਪੇਅਰ ਮੀ ਵਿਦ ਦਲਜੀਤ ਕੌਰ ਮੈਮ, ਅਤੇ ਕਿਉਂਕਿ ਉਹ ਕਿੰਨੇ ਸੁਨੱਖੇ ਸੀਗੇ, ਉਹ ਕਹਿੰਦੇ ਸੀ ਉੱਚੇ ਲੰਬੇ ਕੱਦ ਦੀ ਜੇ ਕੁੜੀ ਦਲਜੀਤ ਕੌਰ ਤੋਂ ਬਾਅਦ ਆਈ ਹੈ, ਗੁਗਨੀ ਗਿੱਲ ਆਈ ਹੈ, ਹੀ ਇਜ਼ ਆਲਵੇਸ ਬੀਨ ਵੈਰੀ ਪ੍ਰਾਊਡ ਆਫ ਮੀ, ਬਿਕੋਜ਼ ਉਹਨਾਂ ਨੂੰ ਹੈਗਾ ਕਿ ਯੂ ਨੋ ਮੈਂ ਕਾਫੀ ਕੁਛ ਆਪਣੀ ਜ਼ਿੰਦਗੀ 'ਚ ਅਚੀਵ ਕੀਤਾ ਹੈਗਾ, ਐਂਡ ਸੋ ਹੀ ਟੇਕਸ ਲੋਟ ਆਫ ਪ੍ਰਾਈਡ ਇਨ ਮੀ, ਸੋ ਡੂ ਮਾਈ ਕਿਡਸ, ਐਂਡ ਇਟ ਇਜ਼ ਵਾਈਸ ਵਰਸਾ, ਆਈ ਟੇਕ ਅ ਲੋਟ ਆਫ ਪ੍ਰਾਈਡ ਇਨ ਮਾਈ ਹਸਬੈਂਡ, ਉਹ ਲੁਧਿਆਣੇ ਤੋਂ ਬਹੁਤ ਛੋਟੀ ਉਮਰ 'ਚ ਗਏ ਹੋਏ ਨੇ ਪਿੰਡ 'ਚੋਂ ਪੜ੍ਹ ਕੇ, ਅਤੇ ਇੰਗਲਿਸ਼ ਵੀ ਨਹੀਂ ਸੀ ਆਉਂਦੀ ਉਹਨਾਂ ਨੂੰ ਜਦੋਂ ਕੈਨੇਡਾ ਗਏ ਆ, ਉਹਨਾਂ ਨੇ ਆਪਣੀ ਮਿਹਨਤ ਦੇ ਬਲਬੂਤੇ 'ਤੇ ਆਪਣੀ ਮੁਸ਼ਕਤ ਨਾਲ ਉਹ ਕਿੱਥੋਂ ਕਿੱਥੇ ਪਹੁੰਚੇ ਨੇ, ਇਜ਼ ਐਟ ਹਾਈਟਸ ਟੂਡੇ, ਐਂਡ ਆਈ ਐਮ ਵੈਰੀ ਵੈਰੀ ਪ੍ਰਾਊਡ ਟੂ ਬੀ ਹਿਜ਼ ਵਾਈਫ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ, ਐਂਡ ਥੈਂਕ ਯੂ ਵੈਰੀ ਮੱਚ ਫੋਰ ਮੇਕਿੰਗ ਮੀ ਪਾਰਟ ਆਫ ਯੋਰ ਵੰਡਰਫੁਲ ਪ੍ਰੋਗਰਾਮ ਹੇਅਰ। ਬਹੁਤ ਬਹੁਤ ਧੰਨਵਾਦ ਤੁਸੀਂ। ਨਹੀਂ, ਤੁਹਾਡਾ ਧੰਨਵਾਦ ਸਭ ਤੋਂ ਪਹਿਲਾਂ ਤਾਂ, ਬਿਕੋਜ਼ ਯੂ ਨੋ ਇੰਨੀ ਦੂਰੋਂ ਤੁਸੀਂ ਆਏ, ਔਰ ਯੂ ਨੋ ਤੁਸੀਂ ਮੈਨੂੰ ਕਨਫਰਮ ਕਰਤਾ ਕਿ ਯੂ ਨੋ ਨਿਖਿਲ ਮੈਨੂੰ ਡੇਟ ਦੱਸ ਅਤੇ ਕਨਫਰਮ ਕਰ, ਹੈ ਨਾ, ਮਤਲਬ ਕਿ ਹੈ ਨਾ, ਕਿ ਔਰ ਤੁਸੀਂ ਬਿਲਕੁਲ ਪੰਕਚੁਅਲ 3 ਵਜੇ ਤੁਸੀਂ ਪਹੁੰਚ ਗਏ, ਮੈਨੂੰ ਲੱਗਿਆ ਸੀ ਕਿ ਨਹੀਂ, ਲੇਕਿਨ ਯੂ ਆਰ ਔਨ ਟਾਈਮ, ਹੈ ਨਾ, ਮਤਲਬ ਕਿ ਟਾਈਮ ਦੀ ਕਦਰ ਕਰਨੀ ਬੜੀ ਜ਼ਰੂਰੀ ਹੈ ਜੀ, ਐਂਡ ਆਈ ਥਿੰਕ ਥੈਂਕ ਯੂ, ਮੈਨੂੰ ਟਾਈਮ ਦੀ ਕਾਫੀ ਕਦਰ ਹੈ, ਐਂਡ ਇਨਫੈਕਟ ਮੈਨੂੰ ਮੇਰੇ ਹੋਰ ਟੀਮ ਮੈਂਬਰਸ ਨਾਲ ਇੰਡੀਆ ਜਦੋਂ ਗੱਲ ਹੁੰਦੀ ਹੈ, ਮੈਨੂੰ ਕਹਿੰਦੇ ਆ ਮੈਮ ਆਪਣਾ ਨਾ ਥੋੜ੍ਹਾ ਜਿਹਾ ਉੱਥੇ ਨਾਲੋਂ ਕੈਨੇਡਾ ਨਾਲੋਂ ਇੱਥੇ ਕੰਮ ਦਾ ਥੋੜ੍ਹਾ ਜਿਹਾ ਕਰਨ ਦਾ ਡਿਫਰੈਂਸ, ਕਿਉਂਕਿ ਉਹਨਾਂ ਨੂੰ ਪਤਾ ਕਿ ਮੈਂ ਥੋੜ੍ਹੀ ਜਿਹੀ ਹਾਈਪਰ ਹੋ ਜਾਂਦੀ ਹਾਂ ਜੀ ਟਾਈਮ, ਮੈਂ ਕਿਹਾ ਨਹੀਂ ਜੀ ਟਾਈਮ ਦੀ ਕਦਰ ਨਹੀਂ ਤਾਂ ਕਿਸੇ ਚੀਜ਼ ਦੀ ਕਦਰ ਨਹੀਂ, ਸੋ ਟਾਈਮ ਦੀ ਮੈਨੂੰ ਪੂਰੀ ਕਦਰ ਹੈ, ਮਤਲਬ ਕਿ ਜੇ ਟਾਈਮ ਤੇ ਨਾ ਹੋਵੇ ਤਾਂ ਗੁੱਸਾ ਆ ਜਾਂਦਾ। ਹਾਂਜੀ, ਜਾਂ ਉਦਾਂ ਵੀ ਜੇ ਮੈਂ ਪਰਫੈਕਸ਼ਨਿਸਟ ਬਹੁਤ ਹਾਂ, ਮੈਨੂੰ ਜਿਹੜੀ ਵੀ ਚੀਜ਼ ਮੈਨੂੰ ਹੁੰਦਾ ਮੈਂ ਦਿਲ ਔਰ ਰੂਹ ਤੋਂ ਕਰਦੀ ਹਾਂ, ਐਂਡ ਮੈਨੂੰ ਹੁੰਦਾ ਕਿ ਉਹ ਪੂਰੀ ਪਰਫੈਕਸ਼ਨ ਨਾਲ ਹੋਵੇ, ਸੋ ਮੈਨੂੰ ਫਿਰ ਵੀ ਮੈਂ ਥੋੜ੍ਹਾ ਜਿਹਾ ਗੁੱਸਾ ਕਰ ਜਾਂਦੀ ਹਾਂ ਜੇ ਉਸ ਤਰੀਕੇ ਨਾਲ ਨਾ ਹੋਵੇ। ਲੇਕਿਨ ਠੀਕ ਹੈ, ਉਹ ਪਾਰਟ ਆਫ ਲਾਈਫ ਹੈ ਨਾ, ਮਤਲਬ ਕਿ ਕੰਮ ਕਰਵਾਉਣਾ ਬੜਾ ਔਖਾ ਕੰਮ ਹੈ ਅੱਜ ਦੀ ਰੇਟ 'ਚ, ਹੈ ਨਾ, ਕਿਉਂ ਬਿਕੋਜ਼ ਲੋਕ ਨਾ ਕੰਨੀ ਬੜੀ ਕੱਟਦੇ ਹੈ ਕੰਮ ਤੋਂ। ਰਾਈਟ, ਨਹੀਂ ਫੋਰ ਮੀ ਆਈ ਕੈਨ ਕੀਪ ਗੋਇੰਗ, ਨੀਂਦ ਵੀ ਚਾਹੇ ਪੂਰੀ ਨਾ ਹੋਵੇ, ਮੈਨੂੰ ਹੈਗਾ ਨਹੀਂ ਜਿਹੜੇ ਕੰਮ ਲਈ ਗਏ ਹੋਏ ਆ ਉਹ ਕੰਮ ਕਰਨਾ ਹੀ ਕਰਨਾ ਹੈਗਾ, ਚਾਹੇ ਨੀਂਦ ਪੂਰੀ ਹੋਵੇ ਚਾਹੇ ਨਾ ਹੋਵੇ, ਚਾਹੇ ਥੱਕੇ ਹੋਏ ਆ ਚਾਹੇ ਜਿੱਦਾਂ ਆ, ਸੋ ਉਹ ਇੱਕ ਹੈ ਮੇਰੇ 'ਚ, ਐਂਡ ਸ਼ਾਇਦ ਪਰਮਾਤਮਾ ਵਾਹਿਗੁਰੂ ਜੀ ਨੇ ਤਾਂ ਹੀ ਇੰਨੇ ਭਾਗ ਲਾਏ। ਯੈਸ ਯੈਸ ਯੈਸ। ਔਰ ਮੈਂ ਨਾ ਇੱਕ ਹੋਰ ਚੀਜ਼ ਪੁੱਛਣਾ ਚਾਹੂੰਗਾ,
ਤੁਸੀਂ ਡਰੈਸ ਬਾਰੇ ਹੈ ਨਾ ਇੱਕ ਫੋਟੋ ਤੁਸੀਂ ਦੱਸ ਰਹੇ ਸੀ, ਸ਼ਾਇਦ ਵੀਡੀਓ ਵੀ ਬਣਾਈ ਤੁਸੀਂ, ਅਤੇ ਆਪਾਂ ਇਹਦੇ ਵਿੱਚ ਵੀ ਪ੍ਰਮੋਟ ਕਰ ਦਿੰਦੇ ਉਹਨਾਂ ਨੂੰ ਕਿਹਨਾਂ ਦੀ ਡਰੈਸ ਹੈ ਜੀ। ਮੇਰੀ ਬਹੁਤ ਪਿਆਰੀ ਇੱਕ ਛੋਟੀ ਭੈਣ ਹੈ, ਸੋਨੀ ਹੈ ਉਹਦਾ ਨਾਮ, ਐਂਡ ਨਿਊਜ਼ੀਲੈਂਡ ਉਹਨਾਂ ਦੀ ਆਪਣੀ ਲੇਬਲ ਹੈਗਾ, ਅਤੇ ਉਹਨਾਂ ਦੇ ਬੁਟੀਕ ਦਾ ਨਾਮ ਹੈਗਾ ਲੇਬਲ ਹਾਊਸ। ਸੋ ਮੈਨੂੰ ਬਹੁਤ ਸੀ ਕਿ ਜਦੋਂ ਵੀ ਮੇਰੀ ਮੂਵੀ ਦੀ ਪ੍ਰਮੋਸ਼ਨ ਸ਼ੁਰੂ ਹੋਣੀ ਹੈ ਤਾਂ ਮੈਂ ਲੇਬਲ ਹਾਊਸ ਦੇ ਆਊਟਫਿਟਸ ਪਾਊਂਗੀ। ਸੋ ਮੈਂ ਲੇਬਲ ਹਾਊਸ ਦਾ ਆਊਟਫਿਟ ਪਾ ਕੇ ਆਈ ਹਾਂ। ਅਤੇ ਕੋਈ ਵੀ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਜਾਂ ਕੈਨੇਡਾ ਹੈ ਨਾ ਹੋਵੇ ਔਰ ਉਹ ਲੇਬਲ ਹਾਊਸ ਤੋਂ ਹੈ ਨਾ, ਆਨਲਾਈਨ ਸ਼ਾਪਿੰਗ ਵੀ ਉਹ ਸ਼ਿਪਿੰਗ ਵੀ ਕਰ ਦਿੰਦੇ ਹੋ? ਸ਼ਿਪਿੰਗ ਵੀ ਕਰ ਦਿੰਦੇ ਨੇ ਹਾਂਜੀ, ਅਸੀਂ ਪ੍ਰਮੋਸ਼ਨ ਕਰਦੇ। ਸ਼ੀ ਹੈਜ਼ ਅ ਵੈਰੀ ਬਿਊਟੀਫੁਲ ਬੁਟੀਕ, ਯਾ ਸ਼ੀ ਹੈਜ਼ ਅ ਵੈਰੀ ਵੈਰੀ ਬਿਊਟੀਫੁਲ ਬੁਟੀਕ। ਅਸੀਂ ਵੀ ਪ੍ਰਮੋਸ਼ਨ ਕਰਤੀ ਤੇ ਮੈਮ ਨੇ ਵੀ ਕਰਤੀ ਹੈ। ਥੈਂਕ ਯੂ। ਤੇ ਮੈਨੂੰ ਹੁਣ ਡਿਸਕਾਊਂਟ ਦੇ ਦਿਓ। ਜੀ ਜੀ ਜ਼ਰੂਰ, ਡੋਨਟ ਫੋਰਗੇਟ, ਸੋਨੀ ਡਿਸਕਾਊਂਟ ਮਿਲਣਾ ਚਾਹੀਦਾ ਜਦੋਂ ਵੀ ਇਹ ਕਹਿਣ। ਤੇ ਹੁਣ ਆਪਾਂ ਗੱਲ ਕਰਦੇ ਹਾਂ ਮੈਮ ਤੁਹਾਡੀ ਮੂਵੀ ਬਾਰੇ ਹੈ ਨਾ। ਹਾਂਜੀ, ਜੱਟੀ 15 ਮੁਰੱਬਿਆਂ ਵਾਲੀ। ਹਾਂਜੀ, ਤੇ ਟਾਈਟਲ ਕਿੰਨੇ ਸੋਚਿਆ ਪਹਿਲਾਂ ਦਾ? ਸੋ ਨਿਖਿਲ, ਜਦੋਂ ਇਹ ਮੇਰੇ ਮਨ 'ਚ ਆਲਵੇਜ਼ ਸੀਗਾ ਕਿ ਜਦੋਂ ਵੀ ਮੈਂ ਪੰਜਾਬੀ ਇੰਡਸਟਰੀ 'ਚ ਕੰਮ ਕੀਤਾ, ਮੈਂ ਆਪਣੀ ਪ੍ਰੋਡਕਸ਼ਨ ਹਾਊਸ ਲਾਂਚ ਕੀਤੀ, ਮੇਰੇ ਮਨ 'ਚ ਸੀਗਾ ਕਿ ਮੈਂ ਇੱਕ ਸਰਟਨ ਵੇ ਨਾਲ ਫਿਲਮ ਕਰਨਾ, ਇੱਕ ਸਰਟਨ ਰੋਲ ਕਰਨਾ। ਸੋ ਇਹ ਮੇਰੇ ਮਨ ਵਿੱਚ ਸੀਗਾ, ਸਟੋਰੀ ਲਾਈਨ ਸੀਗੀ। ਸੋ ਫਿਰ ਜਦੋਂ ਇਸ ਫਿਲਮ ਦੇ ਜਿਹੜੇ ਰਾਈਟਰ ਨੇ ਖੁਸ਼ਬੂ ਸ਼ਰਮਾ ਜੀ, ਉਹਨਾਂ ਨਾਲ ਮੈਂ ਗੱਲ ਕੀਤੀ, ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਇੱਦਾਂ ਦੀ ਫਿਲਮ ਚਾਹੁੰਦੀ ਹਾਂ, ਤਾਂ ਉਹ ਕਹਿੰਦੇ ਕਿ ਠੀਕ ਹੈ ਆਪਾਂ ਕੰਮ ਕਰ ਸਕਦੇ ਹਾਂ। ਮੈਨੂੰ ਸੀਗਾ ਕਿ ਮੈਂ ਇੱਦਾਂ ਦਾ ਹੀ ਰੋਲ ਕਰਨਾ ਹੈਗਾ, ਅਤੇ ਫਿਰ ਉਹਨਾਂ ਨੇ ਕਿਹਾ ਕਿ ਮੇਰਾ ਯੂਨੋ ਸੁੱਖ ਨਾਲ ਡੀਲ ਡੋਲ ਦੇਖ ਕੇ ਉਹ ਕਹਿੰਦੇ ਕਿ ਮੈਮ ਤੁਹਾਡੇ 'ਤੇ ਇੱਦਾਂ ਦਾ ਹੀ ਕੋਈ ਨਾਮ ਜੱਚੂਗਾ, ਜੱਟੀ 15 ਮੁਰੱਬਿਆਂ ਵਾਲੀ ਜਾਂ ਕੁਛ ਵੀ, ਤੁਸੀਂ ਤੁਹਾਡੀ ਪਰਸਨੈਲਿਟੀ ਵੀ ਉਹੀ ਜੀ ਆ। ਸੋ ਐਂਡ ਜੋ ਤੁਸੀਂ ਸਟੋਰੀ ਦਾ ਇੱਕ ਕੋਨਸੈਪਟ ਦੱਸ ਰਹੇ ਹੈਗੇ ਆ ਉਹ, ਸੋ ਇਹ ਫਿਰ ਇਹ ਰੋਲ ਡਿਸਾਈਡ ਕੀਤਾ ਗਿਆ। ਤੇ ਸਟੋਰੀ ਤਾਂ ਤੁਹਾਡੇ ਦਿਮਾਗ 'ਚ ਸੀਗੀ ਹੈ ਨਾ? ਹਾਂਜੀ ਹਾਂਜੀ। ਤੇ ਇਹ ਕਦ ਆਈ ਦਿਮਾਗ 'ਚ ਤੁਹਾਡੇ? ਇਹ ਕਾਫੀ ਸਾਲਾਂ ਤੋਂ ਸੀਗੀ, ਇਟ ਵਾਜ਼ ਆਲਵੇਜ਼ ਦੇਅਰ ਕਿ ਜਦੋਂ ਵੀ ਕਿਤੇ ਇੰਡਸਟਰੀ 'ਚ ਕੰਮ ਦੁਬਾਰਾ ਕਰਨ ਗਈ, ਆਪਣਾ ਪ੍ਰੋਡਕਸ਼ਨ ਹਾਊਸ ਲਾਂਚ ਕੀਤਾ, ਜੇ ਕੀਤਾ ਤਾਂ ਇੱਦਾਂ ਕਰਨਾ ਹੈ। ਨਹੀਂ, ਮੈਨੂੰ ਲੱਗਦਾ ਕਿ ਮੈਂ ਬਿਕੋਜ਼ ਮੈਂ ਤੁਹਾਨੂੰ ਬਹੁਤ ਸਾਲਾਂ ਦਾ ਫੋਲੋ ਕਰ ਰਿਹਾ ਤੇ ਮੈਨੂੰ ਲੱਗ ਰਿਹਾ ਸੀ ਕਿਤੇ ਨਾ ਕਿਤੇ ਤੁਸੀਂ ਕਰੋਗੇ। ਅੱਛਾ ਜੀ। ਹਾਂ, ਬਿਕੋਜ਼ ਉਹ ਨਾ ਕਿ ਬਿਕੋਜ਼ ਕਰਨਾ ਚਾਹੀਦਾ, ਬਿਕੋਜ਼ ਯੂ ਨੋ ਇੱਕ ਜਿੱਦਾਂ ਤੁਸੀਂ ਕਿਹਾ ਨਾ ਕਿ ਡੀਲ ਡੋਲ ਨਾਲ ਹਾਈਟ ਅੱਛੀ ਹੈ ਨਾ, ਤੁਸੀਂ ਯੂ ਆਰ ਬਿਊਟੀਫੁਲ ਹੈ ਨਾ, ਅਤੇ ਯੂ ਨੋ ਵੈਰੀ ਗੁੱਡ ਸੈਂਸ ਆਫ ਫੈਸ਼ਨ ਆਲਸੋ ਹੈ ਨਾ। ਥੈਂਕ ਯੂ। ਅਤੇ ਉਸ ਚੀਜ਼ ਨੂੰ ਯੂਜ਼ ਕਰਨਾ ਚਾਹੀਦਾ ਜੇ ਆਪਾਂ ਕਰ ਸਕੀਏ ਹੈ ਨਾ, ਜੇ ਟੈਲੈਂਟ ਹੈਗਾ। ਇੰਨੇ ਸਾਲਾਂ ਤੋਂ ਤੁਸੀਂ ਪੇਜੈਂਟਸ ਵੀ ਕਰ ਰਹੇ ਹੋ ਹੈ ਨਾ, ਯੂ ਵਾਂਟ ਮਿਸ ਪੰਜਾਬ ਪੇਜੈਂਟ ਇਨ ਟੂ 95 ਹੈ ਨਾ, ਉਸ ਤੋਂ ਬਾਅਦ ਫਿਰ ਤੁਸੀਂ ਬਾਹਰ ਜਾ ਕੇ ਵੀ ਹੈ ਨਾ ਪੇਜੈਂਟ ਬੋਰਨ ਕੀਤੇ ਹੈ ਨਾ, ਅਤੇ ਉਹ ਵਧੀਆ ਚੀਜ਼ ਲੱਗਦੀ ਹੈ ਕਿ ਹੈ ਨਾ ਜੇ ਆਪਾਂ ਕਰ ਰਹੇ ਹਾਂ ਤਾਂ ਕਿਉਂ ਨਾ ਉਹਨੂੰ ਕੰਟੀਨਿਊ ਕਰੀਏ ਹੈ ਨਾ। ਅਤੇ ਵਧੀਆ ਗੱਲ ਹੈ। ਅਤੇ ਕਿੰਨਾ ਟਾਈਮ ਲੱਗਿਆ ਇਹਨੂੰ ਸਟੋਰੀ ਲਿਖਣ 'ਚ ਜਾਂ ਤੁਸੀਂ ਦੱਸਿਆ ਰਾਈਟਰ ਨੂੰ? ਦੇਖੋ ਵਿੱਚ ਕੋਵਿਡ, ਐਕਚੁਲੀ ਇਹ ਕੋਵਿਡ ਤੋਂ ਪਹਿਲਾਂ ਚੱਲ ਰਿਹਾ, ਸੋ ਪਹਿਲਾਂ ਸਟੋਰੀ 'ਤੇ ਕੰਮ ਕੀਤਾ। ਤੁਹਾਨੂੰ ਪਤਾ ਕਿ ਮੈਂ ਇੰਡੀਆ ਨਹੀਂ ਰਹਿੰਦੀ, ਰਾਈਟ, ਮੇਰੀ ਰਿਹਾਇਸ਼ ਕੈਨੇਡਾ। ਸੋ ਸਟੋਰੀ ਲਾਈਨ 'ਤੇ ਕੰਮ ਕੀਤਾ, ਫਿਰ ਸਟੋਰੀ 'ਤੇ ਬੈਕ ਐਂਡ ਫੋਰਥ ਚੇਂਜਸ ਵੀ ਕੀਤੀਆਂ, ਜੋ ਕੁਛ ਚੀਜ਼ਾਂ ਮੈਨੂੰ ਲੱਗਦਾ ਸੀ ਕਿ ਨਹੀਂ ਆਪਾਂ ਇਹਨੂੰ ਇੱਦਾਂ ਬੈਟਰ ਕਰ ਸਕਦੇ ਹਾਂ, ਆਹ ਬੈਟਰ ਹੋ ਸਕਦਾ, ਉਹ ਸਭ। ਸੋ ਬੈਕ ਐਂਡ ਫੋਰਥ ਸੀ, ਐਂਡ ਦੈਨ ਫਿਰ ਸ਼ੂਟ ਸ਼ੁਰੂ ਹੋਇਆ। ਫਿਰ 2 ਸਾਲ ਕੋਵਿਡ ਕਰਕੇ ਸ਼ੂਟ ਨਹੀਂ ਹੋਇਆ, ਐਂਡ ਉਹ ਜਦੋਂ ਕੋਵਿਡ ਹੋਇਆ ਉਦੋਂ ਸ਼ੂਟਿੰਗ ਕੀਤੀ। ਉਸ ਤੋਂ ਬਾਅਦ ਮੈਂ 3 ਮਹੀਨੇ ਇੱਥੇ ਫਸੀ ਰਹੀ। ਉਹ ਮਨ 'ਚ ਇੰਨਾ ਕਿ ਡਰ ਬੈ ਗਿਆ ਕਿ ਈਵਨ ਜਦੋਂ ਓਪਨ ਵੀ ਹੋਇਆ ਦੁਬਾਰਾ ਵਰਲਡ, ਤਾਂ ਮੈਨੂੰ ਡਰ ਲੱਗੇ ਇੰਡੀਆ ਆਉਂਦੇ ਮੈਂ ਕਿ ਮੈਨੂੰ ਡਰ ਲੱਗਦਾ ਇੱਕੋ ਦਮ ਉੱਤੇ ਬੰਦ ਹੋ ਜਾਂਦਾ ਸਾਰਾ ਕੁਛ। ਸੋ ਮੈਂ ਬੜੀ ਹਿੰਮਤ ਜਿਹੀ ਮਾਰ ਕੇ ਦੁਬਾਰਾ ਸ਼ੂਟ ਕਰਨ ਆਈ, ਟੂ ਬੀ ਓਨੈਸਟ। ਸੋ ਹੁਣ ਮੂਵੀ ਲਾਸਟ ਈਅਰ ਫਿਨਿਸ਼ ਕਰਕੇ, ਸੋ ਰਿਲੀਜ਼ ਐਂਡ ਐਵਰੀਥਿੰਗ, ਬੈਕਗਰਾਊਂਡ ਦਾ ਕੰਮ ਸਾਰਾ, ਟੈਕਨੀਕਲ ਕੰਮ ਕਰਨ ਨੂੰ, ਡਬਿੰਗ ਸੀ, ਉਹ ਪੂਰਾ ਸਾਲ। ਅਤੇ ਕਿੱਦਾਂ ਟੀਮ ਜੁੜੀ? ਮਤਲਬ ਕਿ ਜਿੱਦਾਂ ਰਾਈਟਰ ਸੀ, ਕੀ ਦੱਸਿਆ ਤੁਸੀਂ ਨਾਮ? ਖੁਸ਼ਬੂ। ਖੁਸ਼ਬੂ ਹੈ ਨਾ, ਖੁਸ਼ਬੂ ਸ਼ਰਮਾ। ਅਤੇ ਬਾਕੀ ਲੋਕ ਕਿੱਦਾਂ ਜੁੜੇ ਫਿਲਮ ਨਾਲ? ਸੋ ਇੱਦਾਂ ਹੈਗਾ ਕਿ ਮੈਂ ਆਈ ਡੋਂਟ ਨੋ, ਤੁਹਾਨੂੰ ਸ਼ਾਇਦ ਪਤਾ ਨਹੀਂ, ਪਰ ਮੈਂ ਜਦੋਂ 94 ਵਿੱਚ ਇੰਡੀਆ ਆਈ ਸੀ, ਉਮਰ ਬਹੁਤ ਛੋਟੀ ਸੀਗੀ, ਹਜੇ ਵੀ ਛੋਟੀ ਹੈ, ਹਜੇ ਕਿਹੜਾ ਵੱਡੀ ਹੈ, ਲੱਗਦੀ ਛੋਟੀ ਹੈ। ਨਹੀਂ ਨਹੀਂ, ਬਟ ਮੈਂ ਹਮੇਸ਼ਾ ਯੂ نو ਆਈ ਆਲਵੇਸ ਸੇ, ਉਹ ਗੁਰਦਾਸ ਮਾਨ ਜੀ ਦਾ ਗਾਣਾ ਨਹੀਂ, ਉਮਰਾਂ 'ਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ। ਯੂ نو ਮੈਂ ਤੁਹਾਨੂੰ ਦੱਸਦਾ, ਮੇਰੀ ਇੱਕ ਫਰੈਂਡ ਹੈ, ਸ਼ੀ ਇਜ਼ ਫਰਮ ਕੈਨੇਡਾ, ਤੇ ਉਹਨੇ ਮੈਨੂੰ ਟਰਮ ਦੱਸੀ, ਯੂ نو ਮੈਨੂੰ ਤਾਂ ਹੁਣ ਪਤਾ ਲੱਗੀ ਇੰਡੀਆ 'ਚ ਤਾਂ ਹੁਣ ਆਈ ਹੈ, ਲੇਕਿਨ ਉਹਨੇ ਮੈਨੂੰ ਅੱਜ ਤੋਂ 2-3 ਸਾਲ ਪਹਿਲਾਂ ਕਿਹਾ, ਯੂ نو ਨਿਖਿਲ 40 ਇਜ਼ ਦਾ ਨਿਊ 20s, ਐਗਜ਼ੈਕਟਲੀ। ਐਂਡ ਮੈਂ ਕਹਿੰਦੀ ਹਾਂ ਕਿ ਯੂ نو ਇਟ ਇਜ਼, ਯੂ ਆਰ ਨਾਟ ਵਟ ਯੋਰ ਏਜ ਇਜ਼, ਯੂ ਆਰ ਵਟ ਯੋਰ ਐਨਰਜੀ ਇਜ਼। ਸੋ ਤੁਹਾਡੀ ਐਨਰਜੀ ਹੈਗੀ ਆ ਹੁਣ, ਐਂਡ ਉਹ ਜਿਹੜਾ ਏਜ ਦਾ ਕੋਨਸੈਪਟ ਆ, ਹਾਲੀਵੁੱਡ 'ਚ ਤਾਂ ਕਦੇ ਵੀ ਨਹੀਂ ਸੀਗਾ। ਤੁਸੀਂ ਹੁਣ, ਮੈਂ ਐਂਜਲੀਨਾ ਜੋਲੀ ਦੀ ਬਹੁਤ ਵੱਡੀ ਫੈਨ ਹਾਂ, ਆਈ ਐਮ ਅ ਵੈਰੀ ਬਿਗ ਫੈਨ, ਐਂਡ ਇਨ ਫੈਕਟ ਮੈਨੂੰ ਨੌਰਥ ਅਮੈਰੀਕਾ 'ਚ ਬਹੁਤ ਰਿਜੈਂਬਲੈਂਸ ਕਹਿੰਦੇ ਨੇ ਕਿ ਮੈਂ ਐਂਜਲੀਨਾ ਜੋਲੀ ਵਰਗੀ ਲੱਗਦੀ, ਯੂ نو ਸੋ ਇਟਸ ਅ ਬਿਗ ਬਿਗ ਕੰਪਲੀਮੈਂਟ। ਮੈਂ ਰੀਸੈਂਟਲੀ ਬਹਾਮਸ ਸੀ, ਸੋ ਆਈ ਵਾਕਡ ਇਨ ਟੂ ਅ
ਬਾਰ ਅਤੇ ਉਹ ਕਹਿੰਦੇ ਕਿ ਵੈਨ ਯੂ ਵਾਕਡ ਇਨ ਉੱਥੇ ਜਿਹੜੇ ਸੀਗੇ ਕੰਮ ਵਾਲੇ ਉਹ ਕਹਿੰਦੇ ਕਿ ਸਾਨੂੰ ਇੱਦਾਂ ਲੱਗੇ ਕਿ ਐਂਜਲੀਨਾ ਜੋਲੀ ਆ ਰਹੀ ਹੈ ਕਿਆ ਬਸ ਲਾਈਨ ਨਹੀਂ ਮਾਰਨੀ ਸੋ ਆਈ ਟੇਕ ਇਟ ਐਸ ਏ ਗ੍ਰੇਟ ਆਨਰ ਟੂ ਬੀ ਕੰਪੇਅਰਡ ਵਿਦ ਸੱਚ ਅ ਗ੍ਰੇਟ ਲੇਡੀ ਬਿਕੋਜ਼ ਇੱਕੋ ਸਿਰਫ ਹੋਲੀਵੁੱਡ ਐਕਟਰਸ ਹੀ ਨਹੀਂ ਉਹ ਕੰਮ ਵੀ ਦੁਨੀਆ ਲਈ ਬਹੁਤ ਚੰਗਾ ਕਰ ਰਹੇ ਨੇ ਸੋ ਜਿਹੜਾ ਹੋਲੀਵੁੱਡ ਸੀ ਉਹ ਸ਼ੁਰੂ ਤੋਂ ਹੀ ਉੱਥੇ ਏਜ ਦਾ ਕੋਨਸੈਪਟ ਨਹੀਂ ਹੈਗਾ ਮੈਂ ਨੌਰਥ ਅਮੈਰੀਕਾ 'ਚ ਰਹਿੰਦੀ ਹਾਂ ਸੋ ਮੇਰੀ ਥੋੜ੍ਹੀ ਜਿਹੀ ਸੋਚ ਥੋੜ੍ਹੀ ਜਿਹੀ ਕਿ ਮੈਂ ਬਿਲਕੁਲ ਹੀ ਉੱਦਾਂ ਦੀ ਸੋਚ ਨਹੀਂ ਮਾਨਦੀ ਨਾ ਮੇਰੇ ਲਈ ਏਜ ਇਜ਼ ਜਸਟ ਅ ਨੰਬਰ ਮੈਂ ਏਜ ਨੂੰ ਕੋਈ ਉਹ ਨਹੀਂ ਦਿੰਦੀ ਐਂਡ ਆਈ ਥਿੰਕ ਉਹ ਚੀਜ਼ ਹਿੰਦੁਸਤਾਨ ਵਿੱਚ ਵੀ ਆ ਰਹੀ ਆ ਹੁਣ ਜੇ ਤੁਸੀਂ ਬਾਲੀਵੁੱਡ 'ਚ ਦੇਖੋ ਮਲਿਕਾ ਅਰੋੜਾ ਇਜ਼ ਇਨ ਹਰ ਫਿਫਟੀਜ਼ ਸ਼ੀ ਲੁਕਸ ਔਸਮ ਆਪਣੀਆਂ ਸਾਰੀਆਂ ਬਿਲਕੁਲ ਕਰੀਨਾ ਦੇਖ ਲਓ ਤੱਬੂ ਦੇਖ ਲਓ ਸੋ ਇਸ ਇਟ ਵੂਮਨ ਸ਼ੁੱਡ ਨਾਟ ਏਜ ਸ਼ੁੱਡ ਨੈਵਰ ਡਿਫਾਈਨ ਏ ਵੂਮਨ ਰਾਈਟ ਐਂਡ ਇਹ ਜੱਟੀ 15 ਮੁਰੱਬਿਆਂ ਵਾਲੀ ਵੀ ਜਿਹੜਾ ਸੀਗਾ ਮੈਂ ਖੁਸ਼ਬੂ ਜੀ ਨੂੰ ਜਦੋਂ ਕਿਹਾ ਕਿ ਮੈਂ ਫਿਲਮ ਕਰਨੀ ਆ ਮੈਂ ਉਹਨਾਂ ਨੂੰ ਇਹ ਕਿਹਾ ਮੈਂ ਕਿਹਾ ਮੈਂ ਪੰਜਾਬੀ ਇੰਡਸਟਰੀ ਨੂੰ ਇਹ ਪ੍ਰੂਵ ਕਰਨਾ ਚਾਹੁੰਦੀ ਹਾਂ ਕਿ ਉਮਰ ਕਰਕੇ ਕੋਈ ਔਰਤ ਕੰਮ ਫਿਲਮ 'ਚ ਨਹੀਂ ਆ ਸਕਦੀ ਮੇਨ ਲੀਡ ਨਹੀਂ ਆ ਸਕਦੀ ਦੈਟ ਇਜ਼ ਨੋਟ ਫੇਅਰ ਵਾਈ ਪੰਜਾਬੀ ਸਿਨੇਮਾ ਰਾਈਟ ਹੁਣ ਤਾਂ ਇਹ ਕੋਨਸੈਪਟ ਬਾਲੀਵੁੱਡ 'ਚ ਵੀ ਚੇਂਜ ਹੋ ਗਿਆ ਆ ਰਾਈਟ ਕਿ ਡਜ਼ਨਟ ਮੈਟਰ ਵਟ ਦ ਏਜ ਇਜ਼ ਕੰਮ ਚੰਗਾ ਹੋਣਾ ਚਾਹੀਦਾ ਪਹਿਲਾਂ ਤਾਂ ਇਹ ਸੀਗਾ ਨਾ ਕਿ ਵਿਆਹ ਹੋ ਜੇ ਤਾਂ ਨਹੀਂ ਲੈਂਦੇ ਸੀ ਮੈਨੂੰ ਲੱਗਦਾ ਇਹ ਚੀਜ਼ਾਂ ਮੈਟਰ ਹੀ ਨਹੀਂ ਕਰਦੇ ਬਿਕੋਜ਼ ਉਹ ਉਹਦੀ ਪਰਸਨਲ ਲਾਈਫ ਹੈ ਇਟਸ ਅ ਰੀਅਲ ਲਾਈਫ ਇਹਦੇ ਵਿੱਚ ਦੇਖੋ ਕਿ ਜੋ ਸੂਟ ਕਰ ਰਹੀ ਹੈ ਤੁਹਾਨੂੰ ਲੋ ਐਗਜ਼ੈਕਟਲੀ ਐਗਜ਼ੈਕਟਲੀ ਸੋ ਐਂਡ ਵਾਈ ਯੂ ਨੋ ਜੇ ਜਿਹੜਾ ਮੇਲ ਕਿਰਦਾਰ ਹੈ ਜੇ ਉਹ ਕਿਸੇ ਵੀ ਏਜ ਤੇ ਐਂਡ ਕਿਸੇ ਵੀ ਮੈਰੀਟਲ ਸਟੈਟਸ ਨਾਲ ਹੀ ਨੋ ਮੈਰੀਟਲ ਸਟੈਟਸ ਨੋ ਏਜ ਬਰੀਅਰ ਫੋਰ ਮੈਨ ਦੈਨ ਵਾਈ ਇਟ ਸ਼ੁੱਡ ਬੀ ਫੋਰ ਵਿਮੈਨ ਸੋ ਜਿਹੜੀ ਜੱਟੀ 15 ਮੁਰੱਬਿਆਂ ਵਾਲੀ ਮੂਵੀ ਵੀ ਮੈਂ ਮੇਨ ਲੀਡ ਆਈ ਹਾਂ ਇਸ ਫਿਲਮ 'ਚ ਐਂਡ ਆਈ ਥਿੰਕ ਵਨ ਨੋਟ ਆਈ ਥਿੰਕ ਐਂਡ ਦ ਮੇਨ ਰੀਜ਼ਨ ਵਾਜ਼ ਕਿ age cannot stop me yes. right main movie 45 the age banayi yeah. at the age of 45 yes. and I'm very very proud to say that at the age of 45 I have come as a main lead in yes. a movie yes. right and it is to say that no it's about time ki punjabi cinema is cheez to upar uthe ki umar aurat nu rok sakdi hai umar aurat nu nahi rok sakdi ਇਹ ਹੋਣਾ ਵੀ ਨਹੀਂ ਚਾਹੀਦਾ ਮਤਲਬ ਕਿ ਇਹ ਮੈਟਰ ਮੈਨੂੰ ਲੱਗਦਾ ਨਹੀਂ ਕਰਨਾ ਚਾਹੀਦਾ ਮਤਲਬ ਕਿ ਨਾ ਸਾਡੇ ਇੰਡੀਅਨ ਕਲਚਰ 'ਚ ਬਹੁਤ ਪੁੱਠਾ ਰਿਵਾਜ਼ ਹੈ ਕਿ ਇਹ ਨਾ ਕੁੜੀ ਛੋਟੀ ਹੋਣੀ ਚਾਹੀਦੀ ਹੈ ਵਿਆਹ ਲਈ ਵੀ ਹੈ ਨਾ ਲੇਕਿਨ ਉਹ ਮੈਟਰ ਹੀ ਨਹੀਂ ਕਰਨਾ ਚਾਹੀਦਾ ਕੁੜੀ ਵੱਡੀ ਹੋਵੇ ਤਾਂ ਵੀ ਵਾਈ ਏਜ ਸ਼ੁੱਡ ਮੈਟਰ ਹੈ ਨਾ ਮਤਲਬ ਕਿ ਮੁੰਡਾ ਕੁੜੀ ਨੂੰ ਕੁੜੀ ਪਸੰਦ ਕੰਮ ਹੈਗਾ ਇਟਸ ਕੰਮ ਰਾਈਟ ਜੇ ਤੁਹਾਡੇ 'ਚ ਉਹ ਤੁਸੀਂ ਕਿਸੇ ਰੋਲ ਨੂੰ ਚੰਗੀ ਤਰ੍ਹਾਂ ਕੈਰੀ ਕਰ ਸਕਦੇ ਹੋ ਤੁਸੀਂ ਕੰਮ ਵਧੀਆ ਕਰ ਰਹੇ ਹੋ ਤੁਸੀਂ ਸਕਰੀਨ 'ਤੇ ਚੰਗੇ ਲੱਗ ਰਹੇ ਹੋ ਦੈਟਸ ਵਾਟ ਸ਼ੁੱਡ ਮੈਟਰ ਨਾ ਕਿ ਉਮਰ ਥੋੜ੍ਹੀ ਸਕਰੀਨ 'ਤੇ ਦਿਖਣੀ ਹੈਗੀ ਆ ਨਾਲੇ ਜੇ ਉਮਰ ਹੈਗੀ ਵੀ ਹੈ ਸੋ ਵਾਟ ਜੇ ਬੰਦਾ ਸਕਰੀਨ 'ਤੇ ਚੰਗਾ ਲੱਗ ਰਿਹਾ ਵਾਈ ਨੋਟ ਬਿਲਕੁਲ ਰਾਈਟ ਸੋ ਹੁਣ ਤੁਸੀਂ ਦੇਖੋ ਕਿ ਬਾਲੀਵੁੱਡ ਕਿੰਨਾ ਚੇਂਜ ਹੋ ਗਿਆ ਲੁੱਕ ਐਟ ਮਾਧੁਰੀ ਦੀਕਸ਼ਿਤ ਰਾਈਟ ਸ਼ੀ ਇਜ਼ ਵਟ 55 ਨਾਊ ਸ਼ੀ ਇਜ਼ ਬੈਕ ਐਂਡ ਸ਼ੀ ਇਜ਼ ਸੋ ਐਕਟਿਵ ਸ਼ੀ ਸੋ ਆਈ ਥਿੰਕ ਕਿ ਇਹ ਜਿਹੜੀ ਸੋਚ ਹੈਗੀ ਹੈ ਇਹ ਬਹੁਤ ਹੱਦ ਤੱਕ ਬਦਲਣ ਦੀ ਲੋੜ ਹੈਗੀ ਐਂਡ ਆਈ ਹੋਪ ਐਂਡ ਪ੍ਰੇ ਦੈਟ ਇਟ ਚੇਂਜਸ ਬਿਕੋਜ਼ ਚਲੋ ਨੀਰੂ ਬਾਜਵਾ ਜੀ ਤਾਂ ਪੰਜਾਬੀ ਇੰਡਸਟਰੀ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਆ ਬਟ ਸ਼ੀ ਇਜ਼ ਆਲਸੋ ਇਨ ਹਰ 40s ਨਾਊ ਸੋ ਐਂਡ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਸੋ ਪਰ ਜਿਹੜੇ ਨਵੇਂ ਵੀ ਆ ਰਹੇ ਆ ਮੈਂ ਹੁਣ ਸਿਨੇਮਾ ਛੱਡ ਚੁੱਕੀ ਸੀ ਬਿਲਕੁਲ ਮੇਰੇ ਲਈ ਤਾਂ ਜੱਟੀ 15 ਮੁਰੱਬਿਆਂ ਇਜ਼ ਦ ਬਿਗਿਨਿੰਗ ਰਾਈਟ ਅਗੇਨ ਇਨ ਟੂ ਦ ਸਿਨੇਮਾ so I will not let age stop me nobody can tell me that because of my age mainu mili eh cheez jadon main movie start kiti and main initially sab nu milke gal kar rahi si ta mainu kisi director ne eh vi kiya ki thodi umar bahut ho gayi hai main kya what do you mean bahut main kya bahut di mainu define karo please hai na te main kya tusi ta edda sound kar rahe jidda main 80 saalan di hunni ha ਐਂਡ ਦੈਨ ਫਿਰ ਮੈਂ ਕਿਸੇ ਹੀਰੋ ਦੇ ਰੋਲ ਲਈ ਮੈਂ ਉਹਨਾਂ ਦਾ ਨਾਮ ਨਹੀਂ ਲਊਂਗੀ ਬਟ ਮੈਂ ਹੀਰੋ ਦੇ ਜਿਹੜਾ ਕਿਰਦਾਰ ਸੀ ਉਹਨਾਂ ਲਈ ਕਿਸੇ ਨਾਲ ਮੀਟਿੰਗ ਕੀਤੀ ਤਾਂ ਉਹ ਕਹਿੰਦੇ ਜੀ ਪੰਜਾਬੀ ਸਿਨੇਮਾ 'ਚ ਵੂਮਨ ਓਰੀਐਂਟਡ ਮੂਵੀ ਚੱਲ ਹੀ ਨਹੀਂ ਸਕਦੀ ਜਿਹੜੀ ਔਰਤ 'ਤੇ ਬੇਸਡ ਮੂਵੀ ਆ ਉਹ ਚੱਲ ਹੀ ਨਹੀਂ ਸਕਦੀ ਤੁਸੀਂ ਸਟੋਰੀ ਲਾਈਨ ਬਦਲ ਦਿਓ ਹੀਰੋ ਬੇਸਡ ਕਰ ਦਿਓ ਮੈਂ ਮੂਵੀ ਸਾਈਨ ਕਰ ਦੂੰਗਾ ਮੈਂ ਕਿਹਾ ਜੀ ਮੈਂ ਮੂਵੀ ਤੁਹਾਡੇ ਲਈ ਨਹੀਂ ਬਣਾ ਰਹੀ ਮੈਂ ਮੂਵੀ ਬਣਾ ਰਹੀ ਹਾਂ ਕਿ ਮੈਂ ਇਹ ਸਟੋਰੀ ਲੈ ਕੇ ਆਉਣਾ ਚਾਹੁੰਦੀ ਹਾਂ ਸਕਰੀਨ 'ਤੇ ਰਾਈਟ ਮੈਂ ਇਹ ਸਟੋਰੀ ਪੰਜਾਬੀ ਆਡੀਅੰਸ ਲਈ ਲੈ ਕੇ ਆਉਣਾ ਚਾਹੁੰਦੀ ਹਾਂ ਸੋ ਮੈਂ ਇਹ ਸਟੋਰੀ ਲਾਈਨ ਨਹੀਂ ਬਦਲੂਗੀ ਦ ਸਟੋਰੀ ਵਿਲ ਨੋਟ ਚੇਂਜ ਦ ਲਾਈਨ ਵਿਲ ਨੋਟ ਚੇਂਜ ਸਟੋਰੀ ਇੱਦਾਂ ਹੀ ਰਹੇਗੀ ਅਤੇ ਹੀਰੋ ਵੀ ਕੰਮ ਹੀਰੋ ਵੀ ਮਿਲਣਗੇ ਬਿਲਕੁਲ ਡੋਂਟ ਵਰੀ ਯੈਸ ਔਰ ਮੈਨੂੰ ਲੱਗਦਾ ਹੈ ਕਿ ਜੇ ਹੀਰੋ ਛੋਟਾ ਵੀ ਹੋਵੇ ਜਾਂ ਵੱਡਾ ਵੀ ਹੋਵੇ ਉਹ ਮੈਟਰ ਹੀ ਨਹੀਂ ਕਰਦਾ ਮਤਲਬ ਕਿ ਮੈਨੂੰ ਤਾਂ ਲੱਗਦਾ ਕਿ ਇਹ ਚੀਜ਼ਾਂ ਵੀ ਨਹੀਂ ਹੋਣੀਆਂ ਜਿੱਦਾਂ ਹੁਣ ਕਈ ਵਾਰ ਕਹਿੰਦੇ ਨੇ ਕਿ ਨਹੀਂ ਹੀਰੋਇਨ ਬੜੀ ਨਹੀਂ ਹੋਣੀ ਚਾਹੀਏ ਉਮਰ ਮੈਂ ਹੈ ਨਾ ਯਾਰ ਤੁਹਾਨੂੰ ਕੀ ਟੈਨਸ਼ਨ ਹੈ ਆਈ ਡੋਂਟ ਅੰਡਰਸਟੈਂਡ ਵੀ ਇੱਕ ਉੱਦਾਂ ਆਪਾਂ ਹੋਲੀਵੁੱਡ ਨੂੰ ਫੋਲੋ ਕਰਦੇ ਹਾਂ ਹੁਣ ਤਾਂ ਤੁਸੀਂ ਦੇਖੋ ਇਟਸ ਗਲੋਬਲਾਈਜ਼ਲੀ ਵੀ ਆਰ ਵਨ ਹੈ ਨਾ ਕਿੰਨਾ ਕੰਟੈਂਟ ਆਪਾਂ ਨੂੰ ਨੈੱਟਫਲਿਕਸ ਐਮਾਜ਼ੋਨ ਰਾਹੀਂ ਦੇਖਣ ਨੂੰ ਮਿਲਦਾ ਹੈਗਾ ਕਿ ਜਦੋਂ ਤੁਸੀਂ ਉਹ ਕੰਟੈਂਟ ਦੇਖਦੇ ਹੋ ਹੋਲੀਵੁੱਡ ਫਿਲਮਸ ਦੇਖਦੇ ਹੋ ਕੀ ਤੁਹਾਨੂੰ ਉਸ ਹੀਰੋਇਨ ਦੀ ਏਜ ਮੈਟਰ ਕਰਦੀ ਹੈ ਐਂਡ
everybody in Hollywood is 40 plus, 50 plus, yes. 60 plus, you know, and they're working, you know. Koi nahi puchda ki odi actor di age ki hai. Nahin, exactly, because it is not the age that should matter. Yes. It is the work, the quality of work that you're giving to the audience that matters, yes. right? That is what should matter, not your age. And especially not at all a woman's age. Yes. You know? Aur वैसे भी तुसी दसता मैं तो पूछना भी नहीं चाहता सी वो इन्होंने मजाक किया जिहड़ी इन्होंने नंबर दसया नहीं लेकिन वाई यू नो मतलब कि मैंने लगता कि ये सवाल कभी भी ना पूछना चाहिए ना ਕਦੀ ਕਿਸ ਨੂੰ ਕਹਿਣਾ ਚਾਹੀਦਾ ਹਾਂਜੀ ਆਈ ਬਟ ਮੈਨੂੰ ਤਾਂ ਜੇ ਕੋਈ ਪੁੱਛਦਾ ਵੀ ਆਪਾਂ ਤਾਂ ਬਹੁਤ ਆਨੈਸਟਲੀ ਜਵਾਬ ਦੇਈਦਾ ਬਿਕਾਜ਼ ਮੈਨੂੰ ਆਈ ਫੀਲ ਵੈਰੀ ਗੁੱਡ ਅਬਾਊਟ ਇਟ ਕਿ ਮੈਂ ਇਸ ਏਜ ਵੀ ਇਦਾਂ ਲੱਗਦੀ ਹੈਗੀ ਆ ਇੰਡੀਆ ਦੀ ਕਈ 20 ਸਾਲ ਦੀ ਕੁੜੀਆਂ ਨਹੀਂ ਲੱਗਦੀਆਂ ਜਾਂਦੀਆਂ ਸੋ ਮੈਂ ਬਾਬਾ ਜੀ ਦੀ ਬਹੁਤ ਥੈਂਕਫੁਲ ਆਈ ਐਮ ਵੈਰੀ ਥੈਂਕਫੁਲ ਐਂਡ ਆਈ ਥਿੰਕ ਕਿ ਪੰਜਾਬੀ ਇੰਡਸਟਰੀ ਲਈ ਇਟਸ ਅਬਾਊਟ ਟਾਈਮ ਕਿ ਤੁਸੀਂ ਨਿਊ ਫੇਸਿਸ ਨਿਊ ਟੈਲੈਂਟਸ ਨੂੰ ਮੌਕਾ ਦਿਓ ਉਹਨਾਂ ਨੂੰ ਮੂਹਰੇ ਲੈ ਕੇ ਆਓ ਉਹਨਾਂ ਨੂੰ ਕੰਮ ਦਿਓ ਨਾ ਕਿ ਉਹੀ ਚਿਹਰੇ ਰਿਪੀਟ ਹੋਣ ਉਹੀ content dikhe I think because south the content is very different and Bollywood has changed a lot yes. and I think that's what saadi industry nu karan di lod hai bilkul 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 you know article Korean cinema kinna dekh rahe hain aap exactly oi to keh rahi ki Amazon Netflix te you watch everything yes, and yes. I don't think ki utthe kithe di age matter karda mainu age nahi matter karda mainu to main content ki dekh rahi ha mainu oh matter karda bilkul bilkul you know so je main paise kharche aur mainu vadhiya lagya ਪੂਜਾ ਉਹਦੀ ਮੈਨੇਜਰ ਨੇ ਇੱਕ ਫੋਟੋ ਪਾਈ ਹੋਈ ਸੀ ਕਹਿ ਰਹੀ ਕਿ ਏਜ ਬੈਕਵਰਡਸ ਕਰ ਲਈ ਹੈ ਮੈਨੂੰ ਵੀ ਇਹ ਸੁਣਨ ਨੂੰ ਮਿਲਦਾ ਹੈ ਕਿ ਮੈਂ ਆਮ ਗੋਇੰਗ ਬੈਕਵਰਡ ਆਮ ਗੋਇੰਗ ਦ ਬੈਂਜਮਿਨ ਮੋਰ ਨਾਈਸ 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 ਸੋ ਯੂਅਰ ਫੇਵਰਿਟ ਇਜ਼ ਸ਼ਾਹਰੁਖ ਖਾਨ I like him main pasand kardi hu unhan nu bahut but I'm not a very star stricken okay. person te kadi waise milna hoya kadi no I haven't met Shahrukh Khan no. waise kinnu hai milan da je waise I have met Ajay Devgan ji nu main mili hui hu and agar main kisi nu milna chahungi that would be Tom Cruise oh, wow. and Angelina Jolie I very proudly say that I'm a fan of Angelina Jolie mainu not just because of her acting and looks but jo oh duniya ch changa kaam kar rahe ne you know kafi yes. changa kaam kar rahe yes. ne if you would know yes, yes. you know like war countries aurat de haq ch bahut bol rahe hain and yes. so I'm a very very big yes. fan of te main ye dua karunga ki Panaich production bahut bada hove te tusi टॉम क्रूज नु साइन करो ना बिकॉज़ छोटा क्यों सोचना फिर थैंक यू ऑफ कोर्स ओके ने यू नो एम फॉर द मून स्टार्स तक पहुंचोगे राइट सो थैंक यू तुसी यूनिवर्स नु एड्डा बड़ा मैसेज दिता है शायद यूनिवर्स शायद क्यों यू नो यूनिवर्स होगा ही होएगा विल स्टार्ट वर्किंग ऑन इट आई मतलब कि यू नो ਇੱਕ ਸਾਈਡ ਆਪਣਾ ਤੁਸੀਂ ਔਰ ਇੱਕ ਸਾਈਡ ਟੋਮ ਕਰੂ ਸਾਰਾ ਯੂ ਨੋ ਡੂਇੰਗ ਮੈਂ ਤੁਹਾਨੂੰ ਆਈ ਰੀਲੀ ਬਿਲੀਵ ਇਨ ਇਨ ਦ ਵੇ ਯੂਨੀਵਰਸ ਵਰਕਸ ਫਾਰ ਯੂ ਬਿਕਾਜ਼ ਮੇਰੀ ਜਿਹੜੀ ਪਰਵਰਿਸ਼ ਆ ਅਫਰੀਕਾ ਇਥੀਓਪੀਆ ਦੀ ਆ ਸੋ ਉੱਥੇ ਪੰਜਾਬੀ ਫਿਲਮਸ ਦੇਖਣ ਨੂੰ ਮਿਲਦੀਆਂ ਸੀ ਅਤੇ ਮੈਂ ਉਸ ਜ਼ਮਾਨੇ ਦੀ ਗੱਲ ਕਰਦੀ ਹਾਂ ਜਦੋਂ ਗੁੱਗੂ ਗਿੱਲ ਜੀ ਹੀਰੋ ਹੁੰਦੇ ਸੀ ਯੋਗਰਾਜ ਜੀ ਹੀਰੋ ਹੁੰਦੇ ਜੀ ਹੁੰਦੇ ਸੀ ਸੁਖਜਿੰਦਰ ਸ਼ੇਰਾ ਜੀ ਹੀਰੋ ਹੁੰਦੇ ਸੀ ਅਤੇ ਉਦੋਂ ਮਹਾਭਾਰਤ ਆਈ ਸੀ ਸੋ ਮਹਾਭਾਰਤ ਦੇ ਜਿਹੜੇ ਅਰਜੁਨ ਕਿਰਦਾਰ ਸੀਗੇ ਉਹ ਬਹੁਤ ਫੇਮਸ ਹੁੰਦੇ ਸੀ ਉਦੋਂ ਕਿਉਂਕਿ ਉਹ ਹੈਂਡਸਮ ਬਹੁਤ ਲੱਗੇ ਸੀ ਅਰਜੁਨ ਅਤੇ ਮਹਾਭਾਰਤ 'ਚ ਉਹਨਾਂ ਨੂੰ ਕਾਫੀ ਕੰਮ ਮਿਲ ਰਿਹਾ ਸੀ ਔਰ ਉਹ ਪੂਰੇ ਫੇਮਸ ਸੀ ਸੋ ਜਦੋਂ ਉੱਥੇ ਮੈਂ ਮੇਰੀ ਉਮਰ ਹੋਣੀ ਆ ਉਦੋਂ 13-14 ਸਾਲ 12 ਸਾਲਾਂ ਦੀ ਸੀ ਆਈ ਥਿੰਕ ਮੈਂ ਅਤੇ ਮੈਂ ਉਹ ਉੱਥੇ ਦੇਖ ਰਿਹਾ ਮੈਂ ਕਹਿੰਦਾ ਮੈਂ ਗੁੱਗੂ ਜੀ ਦੀ ਬਹੁਤ ਮੈਨੂੰ ਲਾਈਕ ਤੁਸੀਂ ਕਹਿ ਲਓ ਕਿ ਫੈਨ ਹੀ ਹੁੰਦੀ ਸੀ ਮੈਨੂੰ ਬੜਾ ਚੰਗਾ ਲੱਗਿਆ ਕਿਉਂਕਿ ਉਦੋਂ ਗੁੱਗੂ ਜੀ ਹੀ ਫਿਲਮ ਜਾਣਾ ਜਿੱਦਾਂ ਬੋਲਦੇ ਸੀ ਡੀਲ ਡੋਲ ਉਹਨਾਂ ਦੀ ਅਤੇ ਮੈਂ ਕਹਿਣਾ ਗੁੱਗੂ ਜੀ ਵਾ ਐਂਡ ਆਈ ਵਰਕਡ ਵਿਦ ਹਿਮ ਤੁਸੀਂ ਦੇਖੋ ਮੈਂ ਗੁੱਗੂ ਜੀ ਮੈਂ ਜਦੋਂ ਇੰਡਸਟਰੀ 'ਚ ਆ ਕੇ ਕੰਮ ਕੀਤਾ ਮੈਂ ਸਭ ਨਾਲੋਂ ਪਹਿਲਾਂ ਗੁੱਗੂ ਜੀ ਨਾਲ ਕੰਮ ਕੀਤਾ ਐਂਡ ਮੈਨੂੰ ਕੋਈ ਹੈ ਵੀ ਨਹੀਂ ਸੀ ਕਿ ਮੈਂ ਫਿਲਮਸ 'ਚ ਜਾਣਾ ਹੈ ਜਾਂ ਮੈਂ ਐਕਟਰੈਸ ਬਣੂੰਗੀ ਜਾਂ ਕੁਛ ਆਈ ਹੈਡ ਨੋ ਸੱਚ ਥਿੰਗ ਇਟ ਜਸਟ ਹੈਪਨਡ ਫੋਰ ਮੀ ਐਂਡ ਦ ਫਸਟ ਐਵਰ ਫਿਲਮ ਦੈਟ ਆਈ ਡਿਡ ਵਾਜ਼ ਵਿਦ ਗੁੱਗੂ ਜੀ ਸੋ ਹੁਣ ਤੁਸੀਂ ਕਿਹਾ ਕਿ ਟੋਮ ਕਰੂਜ਼ ਨਾਲ ਯੂ ਨੈਵਰ ਨੋ ਬਿਕਾਜ਼ ਜਿਹੜੀ ਉਹ ਛੋਟੀ ਜਿਹੀ ਕੁੜੀ ਗੁੱਗੂ ਨੂੰ ਜੀ ਨੂੰ ਦੇਖਦੀ ਹੁੰਦੀ ਸੀ ਯੋਗਰਾਜ ਜੀ ਨੂੰ ਦੇਖਦੀ ਹੁੰਦੀ ਸੀ ਸ਼ੇਰਾ ਜੀ ਨੂੰ ਦੇਖਦੀ ਸੀ ਉਹ ਕੁੜੀ ਨੇ ਉਹਨਾਂ ਸਭ ਨਾਲ ਕੰਮ ਕੀਤਾ ਹੈ ਯੂ ਨੋ ਮੈਂ ਅਰਜੁਨ ਨੂੰ ਛੋਟੇ ਹੁੰਦੇ ਦੇਖਦੀ ਹੁੰਦੀ ਸੀ ਮੈਂ ਉਹਨਾਂ ਨਾਲ ਵੀ ਕੰਮ ਕੀਤਾ ਫਿਲਮ ਬਦਲਾ 'ਚ ਸੋ ਯੂਨੀਵਰਸ ਨੇ ਉਹ ਚੀਜ਼ ਮੇਰੇ ਲਈ ਕੀਤੀ ਆ ਯੂ ਹੈਵ ਟੂ ਥਿੰਕ ਪੋਜ਼ਿਟਿਵ ਯਾ ਯਾ ਸੋ ਯੂ ਨੈਵਰ ਨੋ ਯਾ
ਤੇ ਥੋੜਾ ਜਿਹਾ ਹੋਰ ਦੱਸੋ ਮੈਮ, ਆਪਾਂ ਸਟੋਰੀ ਥੋੜਾ ਜਿਹਾ ਡਿਸਕਸ ਕਰ ਸਕਦੇ ਹਾਂ ਜਾਂ ਸਿਨੇਮਾ 'ਚ ਜਾ ਕੇ ਤੇ ਪਤਾ ਲੱਗੂਗੀ? ਵੈਲ ਇਟ ਇਜ਼ ਜਿੱਦਾਂ ਤੁਸੀਂ ਨਾਮ ਤੋਂ ਹੀ ਜੱਟੀ 15 ਮੁਰੱਬਿਆਂ ਵਾਲੀ, ਸੋ ਜਿੱਦਾਂ ਨਾਮ ਤੋਂ ਹੀ ਪਤਾ ਲੱਗਦਾ ਕਿ ਇਟ ਵਿਲ ਬੀ ਅ ਵੂਮਨ ਬੇਸਡ, ਵੂਮਨ ਓਰੀਐਂਟਡ ਸਟੋਰੀ, ਹੈ ਨਾ? ਸੋ ਤੁਸੀਂ ਲਾ ਲਓ ਕਿ ਇੱਕ ਔਰਤ ਦੀ ਸੋਚ, ਜਦੋਂ ਜਹਿਦ ਜਾਂ ਉਹਦਾ ਮੁੰਡਿਆਂ ਵਾਂਗੂ ਰਹਿਣਾ, ਉਹ ਚੀਜ਼ ਅਤੇ ਪੂਰੀ ਸਟੋਰੀ ਹੈਗੀ ਆ। ਅਤੇ ਮੈਂ ਚਾਹੁੰਦੀ ਹਾਂ ਕਿ ਸਾਡੇ ਆਡੀਅੰਸ ਥੀਏਟਰਸ ਤੱਕ ਪਹੁੰਚਣ, ਜ਼ਰੂਰ ਮੂਵੀ ਨੂੰ ਦੇਖਣ, ਅਤੇ ਆਈ ਹੋਪ ਕਿ ਉਹਨਾਂ ਨੂੰ ਮੇਰਾ ਕਿਰਦਾਰ, ਮੇਰਾ ਕੰਮ ਪਸੰਦ ਆਵੇ, ਮੈਨੂੰ ਪਿਆਰ ਮਿਲੇ। ਅਤੇ ਹੋਰ ਕੌਣ ਕੌਣ ਹੈ ਮੂਵੀ 'ਚ? ਸੋ ਲਖਵਿੰਦਰ ਲੱਖਾ ਜੀ ਨੇ, ਆਰਿਆ ਬੱਬਰ ਜੀ ਨੇ, ਆਰਿਆ ਬੱਬਰ ਜੀ ਨੇ ਪਹਿਲੀ ਵਾਰ ਇੱਕ ਨੈਗੇਟਿਵ ਰੋਲ ਪਲੇ ਕੀਤਾ ਹੈਗਾ ਆ, ਸੋ ਐਂਡ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੈਗਾ। ਆਈ ਐਮ ਸ਼ੋਰ ਪੀਪਲ ਵਿਲ ਲਾਈਕ ਹਿਮ। ਔਰ ਮੈਨੂੰ ਲੱਗਦਾ ਕਿ ਉਹ ਨਾ ਨੈਗੇਟਿਵ ਕਰੈਕਟਰ ਬਹੁਤ ਜ਼ਿਆਦਾ ਜਚਣਗੇ। ਹਾਂਜੀ ਹਾਂਜੀ, ਉਹ ਕਾਫੀ, ਆਈ ਐਮ ਟੈਲਿੰਗ ਯੂ ਕਿ ਉਹ ਕਾਫੀ ਜਚੇ ਨੇ। ਆਈ ਪਰਸਨਲੀ ਮੈਂ ਕਹਿੰਦੀ ਹਾਂ ਕਿ ਬਹੁਤ ਜਚੇ ਨੇ ਉਸ ਕਿਰਦਾਰ ਨਾਲ। ਅਤੇ ਬਾਕੀ ਹੈਗੇ ਨੇ ਸੀਮਾ ਕੌਸ਼ਲ ਜੀ, ਸਤਵੰਤ ਕੌਰ ਜੀ, ਮਲਕੀਤ ਰੋਨੀ ਜੀ, ਗੁਰਮੀਤ ਪੰਗੂ ਮੈਡਮ, ਗੁਰਪ੍ਰੀਤ ਪੰਗੂ, ਗੁਰਪ੍ਰੀਤ ਪੰਗੂ ਮੈਡਮ, ਸੋ ਇਹ ਸਾਰੇ ਆਪਣੇ ਹੈਗੇ ਨੇ। ਹਾਂਜੀ, ਮਿਊਜ਼ਿਕ ਕਿੰਨੇ ਕੀਤਾ? ਗੁਰਮੀਤ ਸਿੰਘ ਜੀ, ਗੁਰਮੀਤ ਸਿੰਘ ਜੀ ਨੇ। ਔਰ ਕਿੰਨੇ ਗਾਣੇ ਨੇ ਫਿਲਮ 'ਚ? ਟੋਟਲ 6 ਗਾਣੇ ਨੇ। ਜਿਹੜਾ ਟਾਈਟਲ ਸੌਂਗ ਹੈਗਾ ਜੱਟੀ 15 ਮੁਰੱਬਿਆਂ ਵਾਲੀ, ਉਹ ਮੇਰਾ ਫੇਵਰੇਟ ਹੈਗਾ। ਉਹਦਾ ਮਿਊਜ਼ਿਕ ਦਿੱਤਾ ਹੈ ਮਨੀ ਔਜਲਾ ਜੀ ਨੇ, ਅਤੇ ਗਾਣਾ ਗਾਇਆ ਅਫਸਾਨਾ ਜੀ ਨੇ, ਆਵਾਜ਼ ਅਫਸਾਨਾ ਜੀ ਦੀ ਹੈ। ਸੋ ਐਂਡ ਮੇਰਾ ਪਰਸਨਲ ਫੇਵਰੇਟ ਹੈਗਾ ਹੈ, ਕਿਉਂਕਿ ਜਦੋਂ ਮੈਂ ਮਨੀ ਔਜਲਾ ਜੀ ਨੂੰ ਕਿਹਾ ਕਿ ਮੈਨੂੰ, ਉਹ ਕਹਿੰਦੇ ਬਿਕੋਜ਼ ਉਹ ਮੈਨੂੰ ਬਹੁਤ ਪੁਰਾਣਾ ਜਾਣਦੇ ਨੇ, ਮਨੀ ਜੀ ਕਾਫੀ ਕਾਫੀ ਸਾਲਾਂ ਤੋਂ, ਉਹ ਕਹਿੰਦੇ ਗੁਗਨੀ ਤੁਹਾਨੂੰ ਮੈਨੂੰ ਦੱਸਣ ਦੀ ਲੋੜ ਨਹੀਂ, ਪਲੀਜ਼ ਮੇਰੇ 'ਤੇ ਛੱਡ ਦਿਓ ਲਿਰਿਕਸ, ਬਿਕੋਜ਼ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਮੈਂ ਲਿਰਿਕਸ। ਸੋ ਜਦੋਂ ਉਹਨਾਂ ਨੇ ਗਾਣਾ ਗੁਣਾ ਗਵਾ ਕੇ ਅਫਸਾਨਾ ਤੋਂ ਫਿਰ ਮੇਰੇ ਸਾਹਮਣੇ ਪੇਸ਼ ਕੀਤਾ, ਮੈਂ ਕਿ ਕਹਿੰਦੇ ਮੈਨੂੰ ਤੁਹਾਡੀ ਪਰਸਨੈਲਿਟੀ ਦਾ ਪਤਾ, ਸੋ ਕਹਿੰਦੇ ਮੈਂ ਗਾਣਾ ਵੀ ਉੱਦਾਂ ਦਾ ਲਿਖਵਾਇਆ, ਕਹਿੰਦੇ ਤੁਸੀਂ ਮੈਂ, ਐਂਡ ਮੇਰਾ ਪਰਸਨਲ ਫੇਵਰੇਟ ਹੈਗਾ ਉਹ ਗਾਣਾ। ਸੋ ਸਾਰੇ 6 ਦੇ ਜਿਹੜੇ ਗਾਣੇ ਨੇ ਉਹ ਬਹੁਤ ਫੇਮਸ ਸਿੰਗਰਸ ਨੇ ਗਾਏ ਨੇ, ਐਂਡ ਗੁਰਮੀਤ ਸਿੰਘ ਜੀ ਤਾਂ ਬਹੁਤ ਵੱਡੇ ਮਿਊਜ਼ਿਕ ਡਾਇਰੈਕਟਰ ਨੇ। ਸੋ ਆਲ ਦੀ ਸੌਂਗਸ ਆਰ ਡਨ ਬਾਈ ਵੈਰੀ ਫੇਮਸ ਸਿੰਗਰਸ ਲਾਈਕ ਅਫਸਾਨਾ ਖਾਨ ਹੋ ਗਏ, ਸਿਮਰਨ ਭਰਦਵਾਜ, ਗੁਰਲੇਜ਼ ਅਖਤਰ, ਸ਼ਿਵਜੋਤ, ਤੁਸੀਂ ਕੋਈ ਨਹੀਂ ਛੱਡਿਆ ਹੈ ਨਾ, ਮਤਲਬ ਕਿ ਸਾਰੇ ਤੁਸੀਂ ਹੈ ਨਾ, ਕਮਲ ਖਾਨ ਹੈ ਉਹਨਾਂ ਦਾ? ਯਾ 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 ਕਮਲ ਖਾਨ, ਹਾਂਜੀ। ਸੋ ਸਾਰੇ ਚੰਗੇ ਸਿੰਗਰ, ਯਾ ਤੁਸੀਂ ਕੋਈ ਨਹੀਂ ਛੱਡਿਆ ਹੈ। ਆਈ ਵਾਂਟਡ ਟੂ ਡੂ ਦ ਬੈਸਟ, ਯੈਸ, ਔਰ ਹੋਣਾ ਵੀ ਚਾਹੀਦਾ, ਬਿਕੋਜ਼ ਯੂ ਨੋ ਜੇ ਆਪਾਂ ਨੂੰ ਪਤਾ ਹੈ ਕਿ ਯੂ ਨੋ ਮੈਂ ਆਪ ਪ੍ਰੋਡਿਊਸਰ ਹਾਂ ਨਾ, ਤੇ ਕਿਉਂ ਨਾ ਉਹ ਚੀਜ਼ ਨੂੰ ਬੈਸਟ ਕੀਤਾ ਜਾਵੇ। ਹਾਂਜੀ, ਆਈ ਵਾਂਟਡ ਟੂ ਡੂ ਦ ਬੈਸਟ, ਸੋ ਆਪਣੇ ਵੱਲੋਂ ਬੈਸਟ ਕੀਤੀ ਹੈਗੀ ਹੈ। ਇਸ ਫਿਲਮ ਦੇ ਪ੍ਰੋਡਿਊਸਰ ਮੇਰੇ ਹਸਬੈਂਡ ਨੇ, ਗੁਰਦੀਪ ਪਨੈਚ, ਸੋ ਉਹਨਾਂ ਨੂੰ ਵੈਸੇ ਵੀ ਉਹਨਾਂ ਨੂੰ ਹੈਗਾ ਕਿ ਜੋ ਵੀ ਕੰਮ ਕਰੋ ਚੰਗਾ ਕਰੋ, ਸਾਡੀ ਦੋਨਾਂ ਦੀ ਇਸ ਚੀਜ਼ 'ਤੇ ਬਹੁਤ ਜ਼ਿਆਦਾ ਹੈਗੀ ਆ, ਐਂਡ ਸੋ ਉਹਨਾਂ ਨੇ ਬਹੁਤ, ਕੈਨੇਡਾ 'ਚ ਬੈਠਿਆਂ ਨੇ ਹੀ ਉਹਨਾਂ ਨੇ ਬਹੁਤ ਵਧੀਆ ਕੰਮ ਕਰਵਾਇਆ ਮੂਵੀ ਲਈ। ਯੈਸ, ਔਰ ਪਤਾ ਕੀ ਹੈ ਕਿ ਮੈਮ, ਇੱਕ ਨਾ ਜਦ ਤੁਸੀਂ ਆਪ ਇਨਵੋਲਵ ਹੁੰਦੇ ਹੋ ਕਿਸੇ ਚੀਜ਼ 'ਚ, ਤਾਂ ਹਮੇਸ਼ਾ ਫਿਰ ਨਾ ਤੁਸੀਂ, ਬਿਕੋਜ਼ ਯੂ ਆਰ ਪਰਫੈਕਸ਼ਨਿਸਟ ਨਾ, ਕਿ ਹਰ ਚੀਜ਼ ਬੈਸਟ ਚਾਹੀਦੀ ਹੈ, ਹੈ ਨਾ? ਬਿਕੋਜ਼ ਤੁਹਾਡਾ ਇੰਸਟਾਗ੍ਰਾਮ ਵੀ ਦੇਖੋ ਤਾਂ ਹਰ ਚੀਜ਼ ਪਰਫੈਕਟ ਹੁੰਦੀ ਆ ਉੱਥੇ, ਹੈ ਨਾ? ਅਤੇ ਉਹ ਚੀਜ਼ ਸਾਡੇ ਫਿਰ ਕੰਮ 'ਚ ਵੀ ਆਉਂਦੀ ਹੈ, ਕਿ ਮੈਨੂੰ ਕਿਤੇ ਵੀ ਕੰਪਰੋਮਾਈਜ਼ ਨਹੀਂ ਕਰਨਾ ਚੀਜ਼ ਨਾਲ, ਦੈਟਸ ਮਾਈ ਨੇਚਰ, ਹੈ ਨਾ? ਕਿ ਛੋਟਾ ਨਹੀਂ, ਜੇ ਥੋੜ੍ਹਾ ਜਿਹਾ ਵੱਧ ਕਰਕੇ ਵਧੀਆ ਹੋ ਰਿਹਾ ਤਾਂ ਕਿਉਂ ਨਾ ਉਹਨੂੰ ਕੀਤਾ ਜਾਵੇ। ਯਾ, ਸੋ ਈਵਨ ਦੈਟਸ ਵਾਈ ਜਦੋਂ ਮੇਰੇ ਹਸਬੈਂਡ, ਹਾਲਾਂਕਿ ਉਹਨਾਂ ਨੂੰ ਇਸ ਇੰਡਸਟਰੀ ਨਾਲ ਕੋਈ ਲੈਣ ਦੇਣ ਦੂਰ ਦੂਰ ਤੱਕ ਨਹੀਂ ਸੀ, ਅਗਰ ਉਹ ਇਸ ਫਿਲਮ ਨਾਲ ਜੁੜੇ, ਇਟ ਵਾਜ਼ ਓਨਲੀ ਮੇਰੀ ਖੁਸ਼ੀ ਲਈ, ਕਿਉਂਕਿ ਉਹ ਉਹਨਾਂ ਨੂੰ ਦਿਖਦਾ ਸੀ ਕਿ ਮੈਨੂੰ ਇੰਟਰਸਟ ਹੈਗਾ। ਸੋ ਉਹਨਾਂ ਨੇ ਮੈਨੂੰ ਬਹੁਤ ਸਾਲ ਪਹਿਲਾਂ ਕਹਿਤਾ ਸੀ, ਕਹਿੰਦੇ ਗੁਰਦੀਪ ਨੇ ਕਹਿਤਾ ਸੀਗਾ, ਉਹ ਕਹਿੰਦੇ ਕਿ ਗੁਗਨੀ ਜੇ ਤੂੰ ਫਿਲਮਸ ਕਰਨੀ ਹੈ ਤਾਂ ਤੂੰ ਪ੍ਰੋਡਕਸ਼ਨ ਹਾਊਸ ਲਾਂਚ ਕਰ ਲਾ ਆਪਣਾ, ਆਪਣੀ ਬੈਨਰ ਹੇਟ ਫਿਲਮਸ ਕਰ। ਸੋ ਦੈਟਸ ਵੈਨ ਆਈ ਲਾਂਚਡ ਪਨੈਚ ਪ੍ਰੋਡਕਸ਼ਨਸ, ਐਂਡ ਉਹਨਾਂ ਨੇ ਇਹ ਕਿਹਾ ਸੀ ਕਿ ਕੰਪਰੋਮਾਈਜ਼ ਕਿਤੇ ਨਹੀਂ ਕਰਨਾ, ਜੋ ਵੀ ਕਰਨਾ ਪੂਰਾ ਵਧੀਆ ਕਰਨਾ, ਬਾਕੀ ਫਿਰ ਪਬਲਿਕ 'ਤੇ ਛੱਡ ਦੇਣਾ, ਤੁਸੀਂ ਆਪਣਾ ਵਧੀਆ ਦਿਓ, ਰੈਸਟ ਪਰਮਾਤਮਾ ਦੇ। ਉਹ ਕਹਿੰਦੇ ਨਾ, ਇੰਜੋਏ ਦਾ ਜਰਨੀ, ਜਿਹੜੇ ਰਿਜ਼ਲਟ ਆ ਉਹ ਪਰਮਾਤਮਾ ਦੇ ਹੱਥ ਹੈ। ਸੋ ਮੈਂ ਜਿਹੜੀ ਜਰਨੀ ਆ ਉਹ ਪੂਰੀ ਇੰਜੋਏ ਕੀਤੀ ਹੈ ਜੱਟੀ 15 ਮੁਰੱਬਿਆਂ ਲਈ, ਮੈਂ ਆਪਣਾ ਬੈਸਟ ਕੀਤਾ ਆ, ਪ੍ਰੋਡਿਊਸਰ ਨੇ ਆਪਣਾ ਬੈਸਟ ਕੀਤਾ, ਉਹਨਾਂ ਨੇ ਸਾਰਾ ਕੰਮ ਕਿਤੇ ਵੀ ਕੰਪਰੋਮਾਈਜ਼ ਨਹੀਂ ਕੀਤਾ, ਬੈਸਟ ਮਿਊਜ਼ਿਕ ਡਾਇਰੈਕਟਰ, ਬੈਸਟ ਸਿੰਗਰਸ, ਬੈਸਟ ਬੈਕਗਰਾਊਂਡ ਵਰਕ, ਟੈਕਨੀਕਲੀ ਬੈਸਟ, ਐਵਰੀਥਿੰਗ ਬੈਸਟ, ਉਹਨਾਂ ਨੇ ਆਪਣੇ ਵੱਲੋਂ ਪੂਰਾ ਬੈਸਟ ਕਰਵਾਇਆ, ਉਹ ਵੀ ਕੈਨੇਡਾ 'ਚ ਬੈਠ ਕੇ। ਤਾਂ ਸਭ ਤੋਂ ਵੱਡੀ ਚੀਜ਼ ਇਹਨਾਂ, ਸੂਟ ਕਿੱਥੋਂ ਸਵਾਏ? ਸੂਟ ਕਿੱਥੋਂ ਸਵਾਏ? ਸੂਟ ਸਾਰੇ ਮੇਰੇ ਆਪਣੇ ਆ, ਆਪਣੇ ਸਾਰੇ ਆਪਣੇ ਆ। ਤੁਸੀਂ ਸਾਰਾ ਲਗੇਜ ਨਾਲ ਲੈ ਕੇ ਆਏ ਸੀ? ਨਾਲ ਲੈ ਕੇ ਆਈ ਸੀ। ਓ ਵੈਰੀ ਗੁੱਡ, ਮੈਨੂੰ ਲੱਗਾ ਸ਼ਾਇਦ ਇੰਡੀਆ 'ਚੋਂ ਕਿਸੇ ਨੇ ਯੂ ਨੋ ਡਿਜ਼ਾਈਨ ਕੀਤੇ। ਨਹੀਂ, ਆਈ ਯੂਜ਼ਡ ਆਲ ਮਾਈ ਓਨ ਕਲੋਥਿੰਗ, ਮੈਨੂੰ ਕੱਪੜਿਆਂ ਦਾ ਵੈਸੇ ਵੀ ਬਹੁਤ ਸ਼ੌਂਕ ਹੈ, ਸੋ ਮੇਰੀ, ਆਈ ਯੂਜ਼ਡ ਮਾਈ ਪਰਸਨਲ ਕਲੋਥਿੰਗ। ਤੇ ਜੇ ਮੈਂ ਹੋਰ ਗੱਲ ਕਰਾਂ, ਯੂ ਨੋ ਜਦ ਇਹ ਚੱਲ ਰਿਹਾ ਸੀ ਸਾਰਾ ਕੁਝ ਪ੍ਰੋਸੈਸ ਫਿਲਮ ਦਾ, ਤੇ ਮਨ 'ਚ ਟੈਨਸ਼ਨ ਸੀਗੀ ਕੋਈ?
यार क्योंकि कोविड भी चल रहे थे उस समय। कोविड कोविड वेले तो चलो बंद ही हो गई सी, 5-6 दिनों बाद मूवी बंद ही करनी पै गई सी। ऑब्वियसली देखो जदों असे टेक्निकली हस्बैंड प्रोड्यूसर ने, बट मैं भी प्रोड्यूसर हाँ, राइट। सो जदों मूवी कोविड तो पहला स्टार्ट की सी तो मेरे हस्बैंड नहीं आ सकी सी मेरे नाल, क्योंकि फ्लाइटा बंद हो गई सी एंड वी हैड वी वेंट अहेड विद द शूट। सो टेक्निकली मैं एक्टर भी सी, प्रोड्यूसर भी सी, कुछ भी होंदा सी, कंप्लेन मेरे को आउंदी सी कुछ, ओ फिर मेरे ते स्ट्रेस झलकदी सी। सो इट वाज बिकमिंग वेरी डिफिकल्ट फॉर मी। पता नहीं शायद परमात्मा ने वही देखा कि स्ट्रेस, बट हाँ जी यू नो जिद्दां मैं कहा कि मैं परफेक्शनिस्ट बहुत हाँ। सो सैट्स ते कई बार मैं स्ट्रेस ले जाती सी, कई बार मैं यू नो अपसैट हो जाती सी, एंड आई थिंक इट्स पार्ट ऑफ द गेम, राइट? इट्स पार्ट ऑफ द गेम। ते फिर किसी नूं झाड़ पई उत्थे सैट, झाड़ झूट पैंदी रहिंदी सी क्योंकि ओ फिर जे प्रोड्यूसर नूं गुस्सा आ गया तां फिर चार्ट शूट पैंदी रहिंदी सी। हां ओ भी जरूरी है ना, बिकॉज़ क्योंकि आपां ना जिहड़े इंडियंस ने ना थोड़े जे आपां रिलैक्स हो जांदे ने, हां जी हां ना, लेकिन जिहड़े बाहर दे लोकी ने ओ नहीं हुंदे मैं देखिया, I'm not only talking as this movie, I'm talking as being so passionate about it, and I'm also a business woman, business kar di hai, company is nahi, right? So mainu pata hai ki je main any ungodly naal chalungi, I would not be where I am today, right? So je business establish ਨੇ ਸਾਰਾ ਕੰਪਨੀਜ਼ ਇਸਟੈਬਲਿਸ਼ ਨੇ, ਉਹ ਮਿਹਨਤ ਕਰਕੇ ਬਣਾਈਆਂ ਆ, ਉਹ ਮਿਹਨਤ ਓਵਰਨਾਈਟ ਨਹੀਂ, ਉਹ ਬਹੁਤ ਮਿਹਨਤ ਹੈ, ਸਾਰੀ ਜ਼ਿੰਦਗੀ ਦੀ ਮਿਹਨਤ ਹੈ, ਰਾਈਟ? ਇਟ ਇਜ਼ ਬਿਕੋਜ਼ ਤੁਹਾਡੀ ਇੱਕ ਵਿਜ਼ਨ ਹੁੰਦੀ ਹੈ, ਤੁਹਾਡਾ ਇੱਕ ਡ੍ਰੀਮ ਹੁੰਦਾ ਕਿ ਮੈਂ ਆਪਣੇ ਆਪ ਨੂੰ ਜ਼ਿੰਦਗੀ 'ਚ ਇੱਥੇ ਦੇਖਣਾ, ਮੈਂ ਇੱਥੇ ਤੱਕ ਜਾਣਾ, ਐਂਡ ਉਹ ਬਿਨਾਂ ਮਿਹਨਤ ਤੋਂ ਨਹੀਂ ਆਪਾਂ ਕਰ ਸਕਦੇ। ਐਂਡ ਨੋਟ ਓਨਲੀ ਮਿਹਨਤ ਕਮਜ਼ ਇਨ ਦੈਟ ਪਲੇਸ, ਦੈਨ ਹੰਬਲਨੈਸ, ਬੀਇੰਗ ਹੰਬਲ, ਬੀਇੰਗ ਡਾਊਨ ਟੂ ਅਰਥ, ਨਮਰਤਾ ਜਿਹਨੂੰ ਆਪਾਂ ਕਹਿੰਦੇ ਹਾਂ, ਰਾਈਟ? ਨਿਮਾਣੇ ਹੋ ਕੇ ਚੱਲਣਾ, ਉਹ ਮੇਰੇ ਔਰ ਉਹ ਮੈਂ ਕਹੂੰਗੀ ਮੇਰੇ ਹਸਬੈਂਡ 'ਚ ਵੀ ਉਹ ਬਹੁਤ ਵੱਡੀ ਕੁਆਲਿਟੀ ਆ, ਬਹੁਤ ਨੀਵੇਂ ਹੋ ਕੇ ਚੱਲਦੇ ਨੇ, ਐਂਡ ਮੇਰੇ 'ਚ ਵੀ ਉਹ ਹੈਗਾ ਕਿ ਮੈਂ ਬਹੁਤ ਨਮਰਤਾ ਨਾਲ ਚੱਲਦੀ ਹਾਂ। ਬਟ ਜੇ ਕੋਈ ਮੇਰੀ ਉਸ ਨਮਰਤਾ ਦਾ ਐਡਵਾਂਟੇਜ ਲੈਣ ਦੀ ਕੋਸ਼ਿਸ਼ ਕਰੇਗਾ, ਦੈਨ ਫਿਰ ਮੇਰਾ ਪਾਰਾ ਵੀ ਬਹੁਤ ਛੇਤੀ ਚੜ੍ਹਦਾ। ਨਹੀਂ ਨਹੀਂ ਮੈਨੂੰ ਲੱਗ ਰਿਹਾ ਕਿ ਯੂ ਨੋ ਗੁੱਸਾ ਤਾਂ ਬਹੁਤ ਜ਼ਿਆਦਾ ਆਉਂਦਾ ਹੋਏਗਾ। ਯੈਸ, ਜੇ ਮੈਨੂੰ ਲੱਗਦਾ ਕਿ ਕੋਈ ਮਿਸ ਯੂ ਨੋ ਲਾਈਕ ਕੋਈ ਐਡਵਾਂਟੇਜ ਕਿਸੇ ਗਲਤ ਕੁਝ ਵੀ ਗਲਤ ਕਰ ਰਿਹਾ ਜਾਂ ਗਲਤ ਬੋਲ ਰਿਹਾ ਯਾ ਸੋ ਫਿਰ ਉਹ ਦੂਸਰਾ ਰੂਪ ਦੇਖਦੇ ਨੇ, ਰੱਬ ਕਿਸੇ ਨੂੰ ਨਾ ਹੀ ਦਿਖਾਵੇ ਨਾ, ਬਿਕੋਜ਼ ਉਹ ਥੋੜਾ ਜਿਹਾ ਹੁੰਦਾ ਹੈ, ਬਿਕੋਜ਼ ਉਹ ਗੁੱਸਾ ਵੈਸੇ ਆਉਣਾ ਨਹੀਂ ਚਾਹੀਦਾ, ਲੇਕਿਨ ਕਈ ਵਾਰ ਹੋ ਜਾਂਦਾ ਹੈ। ਮੈਨੂੰ ਬਹੁਤ ਆਉਂਦਾ, ਬਿਕੋਜ਼ ਮੈਨੂੰ ਹੈਗਾ ਕਿ ਜੇ ਆਈ ਪਰਸਨਲੀ ਬਿਲੀਵ ਐਂਡ ਆਈ ਥਿੰਕ ਮੇਰੀ ਸਕਸੈਸ ਦਾ ਵੀ ਸ਼ਾਇਦ ਇਹੀ, ਸ਼ਾਇਦ ਕਿਉਂ ਕਹੂੰਗੀ, ਆਈ ਵੁੱਡ ਸੇ ਕਿ ਇਸ ਵੀ ਮੈਂ ਬਹੁਤ ਪ੍ਰੋਫੈਕਸ਼ਨ ਨਾਲ ਚੱਲਦੀ ਹਾਂ ਔਰ ਆਪਣੇ ਵੱਲੋਂ, ਬਾਕੀ ਅਸ ਆਈ ਸੈਡ ਮੈਂ ਉਹ ਜਰਨੀ ਦਾ ਪ੍ਰੋਸੈਸ ਇੰਜੋਏ ਕਰਦੀ ਹਾਂ, ਮੈਂ ਕਹਿੰਦੀ ਹਾਂ ਪਰਮਾਤਮਾ ਬਾਕੀ ਤੁਹਾਡੇ ਹੱਥ, ਰਾਈਟ? ਈਵਨ ਜੇ ਤੁਸੀਂ ਮੇਰੇ ਇੰਸਟਾਗ੍ਰਾਮ 'ਤੇ ਜਾਂ ਕਿਤੇ ਹੋਰ ਵੀ ਦੇਖੋ ਤਾਂ ਮੈਂ ਇਹ ਲਿਖਿਆ ਤੇਰੀ ਕਿਸਮਤ ਦਾ ਲਿਖਿਆ ਕੋਈ ਖੋ ਨਹੀਂ ਸਕਦਾ। ਸੋ ਮੈਂ ਉਸ ਚੀਜ਼ ਨਾਲ ਚੱਲਦੀ ਹੈਗੀ ਕਿ ਜੋ ਮੇਰੀ ਕਿਸਮਤ 'ਚ ਮੇਰੇ ਕੋਲ ਆਉਣਾ ਹੈਗਾ ਉਹ ਮੈਨੂੰ ਕੋਈ ਨਹੀਂ ਖੋ ਸਕਦਾ। ਬਟ ਫਿਰ ਉਹਦੇ ਨਾਲ ਇਹ ਵੀ ਨਹੀਂ ਕਿ ਮੈਂ ਹੱਥ 'ਤੇ ਹੱਥ ਰੱਖ ਕੇ ਬੈਠਣਾ, ਰਾਈਟ? ਸੋ ਮੈਨੂੰ ਹੈਗਾ ਕਿ ਜੇ ਮੈਂ ਮਿਹਨਤ ਕਰ ਰਹੀ ਹਾਂ ਤਾਂ ਉਹ ਮੈਂ ਮਿਹਨਤ ਪੂਰੀ ਪਰਫੈਕਸ਼ਨ ਨਾਲ ਕਰਨੀ ਆ, ਪੂਰੇ ਸੱਚੇ ਦਿਲ ਨਾਲ ਕਰਨੀ ਹੈ, ਸੱਚੇ ਹੋ ਕੇ ਚੱਲਣਾ, ਕੋਈ ਚੁਸ ਚਲਾਕੀ ਨਹੀਂ ਜ਼ਿੰਦਗੀ 'ਚ, ਨਾ ਕੀਤੀ ਹੈ ਨਾ ਕਰਨੀ ਆ, ਔਰ ਪੂਰੀ ਹੰਬਲਨੈਸ ਨਾਲ, ਨੀਵੇਂ ਹੋ ਕੇ ਐਂਡ ਮਿਹਨਤ ਨਾਲ, ਐਂਡ ਕਿਸੇ ਨਾਲ ਕੋਈ ਧੋਖਾਧੜੀ ਨਹੀਂ। ਸੋ ਮੈਂ ਇਹੀ ਸਭ ਨੂੰ ਕਹਿੰਦੀ ਕਿ ਯੂ ਨੋ ਤੁਸੀਂ ਨਮਰਤਾ ਨਾਲ, ਤੁਹਾਡਾ ਐਟੀਟਿਊਡ ਇਜ਼ ਐਵਰੀਥਿੰਗ, ਯੂ ਨੋ ਤੁਹਾਡਾ ਐਟੀਟਿਊਡ ਟੇਕਸ ਯੂ ਦੇਅਰ, ਯੋਰ ਐਟੀਟਿਊਡ ਬ੍ਰਿੰਗਸ ਯੂ ਹੇਅਰ, ਯੂ ਨੋ ਐਂਡ ਆਪਾਂ ਦੇਖੀਆਂ ਮੇਰੇ ਫਾਦਰ ਕਹਿੰਦੇ ਹੁੰਦੇ ਸੀਗੇ ਕਿ ਜਿਹੜਾ ਰੁੱਖ ਫਲਾਂ ਨਾਲ ਭਰਿਆ ਹੁੰਦਾ ਹਮੇਸ਼ਾ ਨੀਵਾਂ ਹੁੰਦਾ, ਚੁੱਕਿਆ ਹੁੰਦਾ। ਸੋ ਦੈਟਸ ਦ ਪਾਥ ਆਈ ਟ੍ਰਾਈ ਟੂ ਫੋਲੋ। And you know, ਤੁਸੀਂ ਟਰੈਵਲ ਬਹੁਤ ਕਰਦੇ ਹੋ, ਹੈ ਨਾ? ਹਾਂਜੀ। ਮਹੀਨੇ 'ਚ ਕਿੰਨੇ ਦਿਨ ਟਰੈਵਲ ਹੁੰਦਾ? ਮੈਨੂੰ ਇਹ ਕੁਐਸਚਨ ਹਰ ਕਿਤੇ ਹੀ ਹੁੰਦਾ। ਹੁਣ ਤਾਂ ਮੈਂ ਆਪਣੀ ਟਰੈਵਲਿੰਗ, ਵੈਸੇ ਵੀ ਮੈਂ ਕਾਫੀ ਪ੍ਰਾਈਵੇਟ ਪਰਸਨ ਹੈਗੀ ਹਾਂ, ਮੈਂ ਬਹੁਤ ਘੱਟ, ਐਂਡ ਮੇਰੇ ਹਸਬੈਂਡ ਤਾਂ ਉਸ ਤੋਂ ਵੀ ਵੱਧ ਆ, ਮੇਰੇ ਬੱਚੇ ਆ, ਮੇਰੇ ਦੋ ਬੇਟੇ ਆ, ਉਸ ਤੋਂ ਵੀ ਵੱਧ ਆ। ਤਾਂ ਮੈਨੂੰ ਜੇ ਮੈਂ ਫੋਟੋ ਗਲਤੀ ਨਾਲ ਪਾ ਵੀ ਦੇਵਾਂ, ਕਹਿੰਦੇ ਡਿਲੀਟ ਕਰੋ ਮਾਮ, ਵਾਈ ਡਿਡ ਯੂ ਪੋਸਟ ਅਸ। ਬਟ ਯਾ, ਆਈ ਟਰੈਵਲ ਅ ਲੋਟ ਐਂਡ ਆਈ ਟਰੈਵਲ ਬਿਕੋਜ਼ ਆਫ ਮਾਈ ਬਿਜ਼ਨਸ, ਮਾਈ ਵਰਕ। ਐਂਡ ਮੈਨੂੰ ਹੁਣ ਕੈਨੇਡਾ ਵਾਲੇ ਤਾਂ ਟਿੱਚਰਾਂ ਕਰਦੇ ਨੇ, ਉਹ ਕਹਿੰਦੇ ਆ ਕਿ ਤੁਸੀਂ ਕੈਨੇਡਾ ਤਾਂ ਟੋਰੋਂਟੋ ਤਾਂ ਹੱਥ ਲਾਉਣ ਹੀ ਆਉਂਦੇ ਹੋ।
ਕੀ ਕਰੀਏ ਹੁਣ ਰੱਬ ਨੇ ਦਿੱਤਾ ਹੀ ਇੰਨਾ ਕਿ ਤੁਸੀਂ ਹੱਥ ਲਾਉਣ ਆਉਂਦੇ ਹੋ ਕਿ ਮੈਂ ਨਾ ਉਹ ਐਕਚੁਅਲੀ ਇੱਥੇ ਕੱਪੜੇ ਰੱਖੇ ਹੋਏ ਨੇ ਫਿਰ ਅਟੈਚੀ ਪੈਕ ਹੁੰਦਾ ਦੂਜਾ ਲੈਣ ਆਉਂਦੀ ਦੂਜਾ ਚੱਕਣ ਆਉਂਦੀ ਇਹ ਛੱਡਣ ਆਉਂਦੀ ਵਾਸ਼ ਕਰਨ ਕਿਆ ਕਈ ਕਈ ਵਾਰ ਤਾਂ ਮੈਨੂੰ ਨਵੇਂ ਲੈਣੇ ਪੈ ਜਾਂਦੇ ਤੇ ਵੈਸੇ ਕਿੰਨਾ ਕੁ ਹੋ ਜਾਂਦਾ ਮਹੀਨੇ ਚ ਵੀਹ ਪੱਚੀ ਵੀਹ ਦਿਨ ਹੋ ਜਾਂਦਾ ਹਾਂਜੀ ਹਾਂਜੀ ਤੇ you know you are a business woman also hai na te exposure bhi bahut zyada because hai na kinne saal ho gaye tusi kinni countries dekh liya hai na te ide naal soch te bada bahut farak penda hanji hanji I think jidda apa look wise bhi gal karde si age di main eh kahungi ki as I aged main jawani nalon kite zyada sohni hi nahi lag rahi balki mere ch maturity bahut zyada ਸੋਝ ਪਾਂ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਆਈ ਥਿੰਕ ਆਈ ਐਮ ਅਕਲ ਜਿਹਨੂੰ ਕਹਿੰਦੇ ਹਾਂ ਉਹ ਹੁਣ ਆਈ ਹੈਗੀ ਆਉਂਦੀ ਮੈਨੂੰ ਲੱਗਦਾ ਕਿ ਨਾ ਐਕਸਪੀਰੀਅੰਸ ਨਾਲ ਹੈ ਐਕਸਪੀਰੀਅੰਸ ਨਾਲ ਹੈ ਨਾ ਮਤਲਬ ਕਿ ਜੇ ਆਪਾਂ ਕਹੀਏ ਕਿ ਜਦ ਆਪਾਂ 20 ਸਾਲ ਦੇ ਸੀਗੇ ਜਾਂ 15 ਸਾਲ ਦੇ ਸੀਗੇ ਉਹ ਠੀਕ ਹੈ ਉਸ ਵੇਲੇ ਆਪਾਂ ਯੰਗ ਸੀਗੇ ਐਨਰਜੀ ਸੀਗੀ ਲੇਕਿਨ ਹੁਣ ਸਾਡੇ ਕੋਲ ਯੂ ਨੋ ਮਿਕਸ ਆਫ ਐਵਰੀਥਿੰਗ ਹੈ ਰਾਈਟ ਹੈ ਨਾ ਸਾਡੇ ਕੋਲ ਮੈਚੋਰਿਟੀ ਹੈ ਸਾਡੇ ਕੋਲ ਐਕਸਪੀਰੀਅੰਸ ਹੈ ਨਾ ਸਾਨੂੰ ਪਤਾ ਹੈ ਕਿ ਕਿਹੜਾ ਬੰਦਾ ਸਾਡੀ ਫਾਇਦਾ ਚੱਕ ਰਿਹਾ ਕਿਹੜਾ ਨਹੀਂ ਚੱਕ ਰਿਹਾ ਹੈ ਨਾ ਯਾ ਉਹ ਤੁਹਾਨੂੰ ਇਟ ਕਮਸ ਵਿਦ ਟਾਈਮ ਤੁਹਾਨੂੰ ਦੁਨੀਆਦਾਰੀ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਉਹ ਚੀਜ਼ ਨਾਲ ਆਉਂਦੀ ਹੈਗੀ ਆ ਬਟ ਆਈ ਐਮ ਆਲਸੋ ਵੈਰੀ ਬਲੈਕ ਐਂਡ ਵਾਈਟ ਮੈਂ ਜੇ ਕਿਸੇ ਨੂੰ ਪਸੰਦ ਕਰਦੀ ਹਾਂ ਤਾਂ ਮੈਂ ਦਿਲੋਂ ਪਸੰਦ ਕਰਦੀ ਹਾਂ ਮੈਂ 100% ਦਿੰਦੀ ਹਾਂ ਜੇ ਮੈਨੂੰ ਕੋਈ ਪਸੰਦ ਨਹੀਂ ਆਉਂਦਾ ਮੈਂ ਓਬਵੀਅਸ ਵੀ ਬਹੁਤ ਕਰ ਦਿੰਦੀ ਹਾਂ ਕਿ ਨਹੀਂ ਤੁਸੀਂ ਮੈਨੂੰ ਪਸੰਦ ਨਹੀਂ ਆਏ ਸੋ ਆਈ ਡੋਂਟ ਬਿਲੀਵ ਇਨ ਫੇਕਿੰਗ ਆਈ ਡੋਂਟ ਬਿਲੀਵ ਇਨ ਬੀਂਗ ਅ ਫੇਕ ਪਰਸਨ ਨਾ ਮੈਂ ਉਹੀ ਜਿਹੀ ਜ਼ਿੰਦਗੀ ਜੀਣੀ ਹੈ ਨਾ ਮੈਂ ਉਹ ਜਿਉਣਾ ਚਾਹੁੰਦੀ ਹਾਂ ਆਈ ਐਮ ਹੂ ਆਈ ਐਮ ਐਜ਼ ਆਈ ਐਮ ਦੈਟਸ ਇਟ ਉਹ ਸਭ ਤੋਂ ਵੱਡਾ ਚੀਜ਼ ਹੀ ਇਹੀ ਹੈ ਹਾਂਜੀ ਆਈ ਡੋਂਟ ਫੇਕ ਐਨੀਥਿੰਗ ਆਈ ਡੋਂਟ ਵਾਂਟ ਟੂ ਫੇਕ ਇਟ ਐਂਡ ਜੋ ਵੀ ਮੇਰੀਆਂ ਅਚੀਵਮੈਂਟਸ ਨੇ ਜੋ ਵੀ ਮੇਰੀ ਕਾਬਲੀਅਤ ਹੈ ਜੋ ਵੀ ਮੈਂ ਹਾਂ ਅਤੇ ਜਿੱਥੇ ਵੀ ਵਾਹਿਗੁਰੂ ਜੀ ਮੈਨੂੰ ਅੱਗੇ ਲੈ ਕੇ ਜਾਣਗੇ ਉਹ ਮੇਰੀ ਸਕਸੈਸ ਹੈ ਔਰ ਉਸ ਜਰਨੀ 'ਚ ਜੇ ਮੇਰੇ ਲਈ ਚੀਅਰ ਲੀਡਰਸ ਹੈਗੇ ਆ ਮੇਰੇ ਨਾਲ ਜੁੜਨ ਵਾਲੇ ਚੀਅਰ ਲੀਡਰ ਐਂਡ ਉਸ ਸਿਰ ਮੱਥੇ ਐਂਡ ਉਸ ਜਰਨੀ 'ਚ ਜੇ ਮੈਂ ਹੋਰ ਲੋਕ ਭਲਾਈ ਕਰ ਸਕਦੀ ਹਾਂ ਮੈਨੂੰ ਪਰਮਾਤਮਾ ਨੇ ਇਸ ਕਾਬਲ ਬਣਾਇਆ ਉਸ ਵਾਹਿਗੁਰੂ ਨੇ ਮੈਨੂੰ ਹੈਗਾ ਕਿ ਮੈਂ ਆਪਣੀ ਇਸ ਜਰਨੀ ਜਿੰਨੀ ਕੁ ਵੀ ਪਰਮਾਤਮਾ ਨੇ ਦਿੱਤੀ ਹੈ ਇਹ ਲਾਈਫ ਇਹ ਜ਼ਿੰਦਗੀ ਉਹਦੇ 'ਚ ਮੈਂ ਇਫ ਆਈ ਕੈਨ ਮੇਕ ਏ ਡਿਫਰੈਂਸ ਇਨ ਦੀ ਲਾਈਫ ਆਫ ਅਦਰਸ ਪਰਮਾਤਮਾ ਮੈਨੂੰ ਇਸ ਕਾਬਲ ਰੱਖਣ ਅਤੇ ਮੈਂ ਕਹਿੰਦੀ ਹਾਂ ਹੋਰ ਜ਼ਿਆਦਾ ਕਰਨ ਤਾਂ ਕਿ ਮੈਂ ਹੋਰਾਂ ਦੀ ਜ਼ਿੰਦਗੀ 'ਚ ਵੀ ਕੋਈ ਛਾਪ ਛੱਡ ਕੇ ਜਾ ਸਕਾਂ ਯੂ ਨੋ ਯੈਸ ਯੈਸ ਤੇ ਫੈਸ਼ਨ ਦਾ ਕਿੰਨਾ ਸ਼ੌਂਕ ਹੈ ਬਹੁਤ ਕਿੰਨਾ ਖਰਚਾ ਹੋ ਜਾਂਦਾ ਮਹੀਨੇ ਦਾ ਮੈਂ ਖਰਚੇ ਦਾ ਹਿਸਾਬ ਕਦੇ ਨਹੀਂ ਰੱਖਿਆ ਰੱਖਣਾ ਵੀ ਨਹੀਂ ਚਾਹੀਦਾ ਯੂ ਨੋ ਸ਼ਾਹਰੁਖ ਖਾਨ ਨੇ ਇੱਕ ਚੀਜ਼ ਬੋਲੀ ਕਿ ਕਹਿ ਰਹਾ ਜ਼ਿੰਦਗੀ ਮੈਂ ਨਾ ਬਟ ਮੇਰੇ ਹਸਬੈਂਡ ਕਹਿੰਦੇ ਆ ਯੂਅਰ ਐਕਸਪੈਂਸਿਵ ਮੇਨਟੇਨੈਂਸ ਜ਼ਰੂਰੀ ਹੈ ਸੀ ਉਹ ਤਾਂ ਉਹੀ ਮੈਂ ਜਿਹੜੀ ਗੱਲ ਕਹਿ ਰਹੀ ਸੀ ਨਾ ਸ਼ਾਹਰੁਖ ਖਾਨ ਨੇ ਇੱਕ ਗੱਲ ਕਹੀ ਕਹਿੰਦਾ ਜ਼ਿੰਦਗੀ ਮੈਂ ਇਤਨਾ ਪੈਸਾ ਹੋਣਾ ਚਾਹੀਏ ਕਿ ਅਗਰ ਆਪ ਸ਼ਰਟ ਲੈਣੇ ਜਾਓ ਔਰ ਆਪਕੋ ਦੋ ਪਸੰਦ ਆ ਜਾਏ ਦੋਨੋਂ ਲੈ ਸਕੋ ਬਸ ਉਹ ਪਰਮਾਤਮਾ ਨੇ ਵਾਹਿਗੁਰੂ ਹੈ ਨਾ ਮਤਲਬ ਕਿ ਉਹ ਨਾ ਆਪਕੋ ਸੋਚਣਾ ਪੜੇਗੀ ਇੱਕ ਲੈ ਲੇ ਇੱਕ ਨਾ ਲੇ ਤੋ ਇਤਨਾ ਹੋਣਾ ਚਾਹੀਏ ਕਿ ਉਹ ਦੋਨੋਂ ਆਪ ਲੈ ਲੋ ਵੈਸੇ ਆਈ ਡੋਂਟ ਗੋ ਓਵਰ ਬੋਰਡ ਬਟ ਇਹ ਜ਼ਰੂਰ ਹੈ ਜੋ ਤੁਸੀਂ ਕਿਹਾ ਕਿ ਜੇ ਕੋਈ ਚੀਜ਼ ਪਸੰਦ ਆ ਜਾਂਦੀ ਹੈ ਤਾਂ ਮੈਂ ਆਈ ਮੇਕ ਸ਼ੋਰ ਆਈ ਗੈਟ ਇਟ ਐਂਡ ਗੁਰਦੀਪ ਹਮੇਸ਼ਾ ਕਹਿਣਗੇ ਕਿ ਯੂ ਆਰ ਏ ਵੈਰੀ ਐਕਸਪੈਂਸਿਵ ਮੇਨਟੇਨੈਂਸ ਯੂ ਨੋ ਫਿਰ ਚੰਗੀ ਚੀਜ਼ ਵੀ ਤਾਂ ਫਿਰ ਮੁੱਲ ਲੱਗਦਾ ਹੁਣ ਰੋਇਲ ਸੋਲਸ ਰੱਖਣੀ ਕੋਈ ਕਿਹੜਾ ਸੌਖੀ ਹੈ ਨਾ ਯੂ ਨੋ ਡਿਪੈਂਡ ਕਰਦਾ ਕਿ ਹੁਣ ਕਿੱਦਾਂ ਦੀ ਉਹਨਾਂ ਦੀ ਚੋਇਸ ਇੰਨੀ ਅੱਛੀ ਹੈ ਤੇ ਉਹਨੂੰ ਫਿਰ obviously I guess he has to maintain it right yeah ਉਹ ਤਾਂ ਜ਼ਰੂਰੀ ਹੈ ਨਾ ਹੁਣ ਜਿੱਦਾਂ ਤੁਸੀਂ ਕਿਹਾ ਕਿ ਮੇਰਾ ਸੁਪਨਾ ਸੀਗਾ ਤੇ ਉਹਨਾਂ ਨੇ ਕਿਹਾ ਨਹੀਂ ਆਪਣਾ ਪ੍ਰੋਡਕਸ਼ਨ ਸ਼ੁਰੂ ਕਰੋ ਨਾ ਸੀ ਹਸਬੰਡ ਦਾ ਪਤਨੀ ਅੱਗੇ ਝੁਕਦਾ ਨਾ ਬਸ ਨਾ ਉਹਦੇ ਅੱਗੇ ਕੁਝ ਵੀ ਨਹੀਂ ਚੱਲਦਾ ਉਹਦੇ ਅੱਗੇ ਉਹ ਬੋਲੇ ਕਿ ਮੈਨੂੰ ਇੰਨੇ ਚਾਹੀਦਾ ਤਾਂ ਦੇਣੇ ਪੈਣੇ ਯੈਸ ਤੇ ਹੁਣ ਕੀ ਅੱਗੇ ਪਲਾਨ ਹੈ ਬਕਟ ਲਿਸਟ ਕੀ ਹੈ ਬਿਜ਼ਨਸ ਵਾਈਜ਼ ਤਾਂ ਚੱਲ ਹੀ ਰਿਹਾ ਹੈ ਦੇਰ ਇਜ਼ ਲੋਟ ਆਫ ਗੋਇੰਗ ਔਨ ਅੱਛਾ ਮੈਂ ਇੱਕ ਸੌਰੀ ਵਿਚ ਆਮ ਟਰਨ ਟੋਕ ਰਿਹਾ ਕੀ ਬਿਜ਼ਨਸ ਕਰਦੇ ਹੋ ਤੁਸੀਂ ਮੈਨੂੰ ਸੋ ਮੇਰੀ ਆਪਣੀ ਇੱਕ ਕੰਪਨੀ ਹੈਗੀ ਹੈ ਵਿਚ ਇਜ਼ ਕਾਲਡ GYSK ਐਨਰਜੀ ਸੋਲਿਊਸ਼ਨਸ ਵਿਚ ਇਜ਼ ਅਸੀਂ ਗਵਰਨਮੈਂਟ ਬੋਡੀਜ਼ ਨਾਲ ਡੀਲ ਕਰਦੇ ਹਾਂ ਐਂਡ ਵਿਚ ਇਜ਼ ਟੋਟਲੀ ਫੋਰ ਯੂ ਨੋ ਅੰਡਰ ਪ੍ਰਿਵਿਲੇਜਡ ਪੀਪਲ ਸੋ ਬੇਸਿਕਲੀ ਡਿਵਾਈਸ ਹੈ ਇਟਸ ਇਲੈਕਟ੍ਰਿਕ ਡਿਵਾਈਸ ਜਿਹੜਾ ਕਿ ਨੈਚੁਰਲ ਅੱਗ ਲੈਟ ਸੀ ਕਿ ਚੁੱਲ੍ਹੇ ਦੀ ਅੱਗ ਹੈ ਉਹਦੇ ਨਾਲ ਚਾਰਜ ਹੋ ਜਾਂਦਾ ਐਂਡ ਉਹ ਚਾਰਜ ਹੋਣ ਤੋਂ ਬਾਅਦ ਬਲਬ ਜਲਾਉਂਦਾ ਤੁਸੀਂ ਆਪਣਾ ਫੋਨ ਚਾਰਜ ਕਰ ਸਕਦੇ ਹੋ ਸੋ ਉਹ ਇੱਕ ਮੇਰੇ ਲਈ ਜਿੱਦਾਂ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਕਿ ਮੇਰੀ ਪਰਵਰਿਸ਼ ਅਫਰੀਕਾ 'ਚ ਹੋਈ ਸੀ ਸੋ ਜਦੋਂ ਮੈਂ ਆਈ ਵਾਜ਼ ਵੈਰੀ ਪ੍ਰਿਵਿਲੇਜਡ ਪਾਪਾ ਦਾ ਚੰਗਾ ਕੰਮ ਸੀ ਸੋ ਜਦੋਂ ਮੈਂ ਆਪਣੇ ਆਲੇ ਦੁਆਲੇ ਦੇਖਦੀ ਸੀ ਮੈਂ ਕਹਿੰਦੀ ਸੀ ਪਰਮਾਤਮਾ ਮੈਨੂੰ ਇੰਨੇ ਯੋਗਾ ਜ਼ਰੂਰ ਬਣਾਇਓ ਮੈਂ ਛੋਟੀ ਹੁੰਦੀ ਤੋਂ ਹੀ ਕਹਿੰਦੀ ਸੀ ਕਿ ਮੈਂ ਹੈਲਪ ਕਰ ਐਂਡ ਆਈ ਐਮ ਵੈਰੀ ਮੱਚ ਜਿੱਦਾਂ ਤੁਸੀਂ ਦੇਖ ਲਿਆ ਕਿ ਮੈਂ ਵਿਮੈਨ ਇੰਪਾਵਰਮੈਂਟ 'ਤੇ ਕਿੰਨਾ ਵੀ ਏਜ ਕਿਉਂ ਵੁਮੈਨ ਲਈ ਮੈਂ ਸੋਚਦੀ ਹਾਂ ਕਿ ਵਿਮੈਨ ਨੂੰ ਕਿਸੇ ਚੀਜ਼ ਤੋਂ
ਵੀ ਜ਼ਿੰਦਗੀ ਜਿੰਨੀ ਸੌ ਸੋ ਮੈਨੂੰ ਸੀਗਾ ਕਿ ਮੈਂ ਕੁਛ ਕਰਾਂ ਰਾਈਟ ਸੋ ਇਹ ਇਹ ਬੇਸਿਕਲੀ ਉੱਥੇ ਵਿਚਾਰੀਆਂ ਬਿਜਲੀ ਤੋਂ ਬਿਨਾਂ ਕੰਮ ਕਰਦੀਆਂ ਸੀ ਰਾਈਟ ਸੋ ਉਹ ਚੀਜ਼ ਸੀਗੀ ਸੋ ਇੱਕ ਫਿਲਮ ਥੋਰਪੀ ਵਾਂਗੂ ਸ਼ੁਰੂ ਹੋਇਆ ਇਟ ਟਰਨਡ ਇਨ ਟੂ ਬਿਜ਼ਨਸ ਬਹੁਤ ਚੰਗਾ ਰਿਸਪੋਂਸ ਮਿਲਿਆ ਸੋ ਹੁਣ ਅਸੀਂ ਕੇਨੀਆ ਸਾਊਥ ਅਫਰੀਕਾ ਨਾਈਜੀਰੀਆ ਗਾਇਨਾ Poor Africa continent you, yeah, you're covering. Yeah. So that is one of my companies. My husband is a police officer, yes. Sergeant ne, yes. Canada. Is in naal naal o CEO ne, and chairperson of Star Navigation, aviation naal related company. Yes. Hai. It's a public company. And honi ase nami company launch kiti hai, artificial intelligence te, SEIAI. So it is a... artificial intelligence on all your time it's going to be big yes so we are partners in that company or company law and bahut chiti it will be on the go but oh, company launch ai ki hai wo thoda ja it's on artificial intelligence okay artificial intelligence now okay te africa jana hunda hun haan ji because of business wagaira li jana hai ga is saal agenda vich hotel industry ch bhi mera shuru to si ga jaan da shauk ki I wanted to have a hotel so this year would be that where in africa no in united states okay haan nice ji. So this nice. Year will be that lekin africa is a good market na right now haan ji it is a good market but I again as I said main already bahut travel kar di rahi hai so I want to be around my children too so america ch si ga hun ਸਾਡੀ ਜਿਹੜੀ ਏ ਆਈ ਆਰਟੀਫਿਸ਼ਲ ਇੰਟੈਲੀਜੈਂਸ ਕੰਪਨੀ ਹੈ ਉਹ ਵੀ ਅਮੈਰੀਕਾ ਵਿੱਚ ਲਾਂਚ ਹੋ ਰਹੀ ਹੈ ਅਤੇ ਇਸ ਦੇ ਨਾਲ ਨਾਲ ਅਸੀਂ ਹੋਟਲ ਵੀ ਮੈਂ ਇਸ ਸਾਲ ਅਮੈਰੀਕਾ 'ਚ ਓਪਨ ਹੋਟਲੀਅਰ ਅਸੀਂ ਹੋਟਲੀਅਰ ਆਈ ਐਮ ਗੋਇੰਗ ਟੂ ਲਾਂਚ ਮਾਈਸੈਲਫ ਇਨ ਅਮੈਰੀਕਾ ਕਿਸ ਬ੍ਰਾਂਡ ਦੇ ਨਾਮ ਤੋਂ ਕੁਝ ਸੋਚਿਆ ਵੀ ਆਰ ਇਟ ਵੁੱਡ ਬੀ ਓਬਵੀਅਸਲੀ ਵਨ ਆਫ ਦਾ ਯੂ ਨੋ ਫਰੈਂਚਾਈਜ਼ਸ ਬਿਗ ਫਰੈਂਚਾਈਜ਼ਸ ਬਟ ਵੀ ਆਰ ਲੁਕਿੰਗ ਐਟ ਆਰ ਆਪਸ਼ਨਸ ਓਕੇ ਤੇ ਇੰਡੀਆ 'ਚ ਕੋਈ ਪਲਾਨ production house okay te vich Panaich production ide vich ki ki karan da irada hai well pehla ta mainu hega ki main I'm waiting for the response of this movie I am really praying to god ki vaiguru ji we you know darshak saadi film nu bahut saron mere kaam nu pasand karan and is to baad any good storyline I'm going to start working on that web series or any but meri sab nalo vadda cheez Panaich production da eh hoega ki content changa mainu content changa chahida the songs vagera bhi you want to do yeah songs yeah because good you know songs. Ki everything cover hoye hai na songs horn single yeah. singles bhi singles yeah okay yeah. okay so jidda hun tusi jatti 15 murabbiyan wali ch vi dekh hi loge ki you know all the good singers all the good yes, songs yes. good lyrics like people are loving the music yes, yes. people are loving the songs aur mainu lag raha ki you know ਟ੍ਰੈਂਡ ਤਾਂ ਸੈੱਟ ਹੋਣਾ ਹੀ ਹੈ ਸੂਟਾਂ ਨੂੰ ਲੈ ਕੇ ਇੱਕ ਤਾਂ ਹਾਂਜੀ ਬਿਕਾਜ਼ ਦ ਥਿੰਗ ਇਜ਼ ਮੈਨੂੰ ਮਿਊਜ਼ਿਕ ਦਾ ਬਹੁਤ ਸ਼ੌਂਕ ਹੈ ਐਂਡ ਮੈਂ ਚੰਗਾ ਮਿਊਜ਼ਿਕ ਸੁਣਦੀ ਹਾਂ ਸੋ ਦੈਟਸ ਵਾਟ ਆਈ ਵਾਂਟ ਟੂ ਗਿਵ ਮਾਈ ਆਡੀਅੰਸ ਜੋ ਚੀਜ਼ ਮੈਨੂੰ ਕਹਿੰਦੇ ਹਾਂ ਨਾ ਜੋ ਆਪਣੀ ਕੰਨਾਂ ਨੂੰ ਚੰਗਾ ਲੱਗਦਾ ਤੁਸੀਂ ਉਹ ਯੂ ਨੋ ਯੂ ਸੋ ਦੈਟਸ ਹਾਓ ਆਈ ਵਰਕ ਇਨ ਲਾਈਫ ਸੋ ਮੈਨੂੰ ਹੈਗਾ ਕਿ ਮੈਨੂੰ ਮਿਊਜ਼ਿਕ ਦਾ ਬਹੁਤ ਸ਼ੌਂਕ ਹੈ ਇਸ ਕਰਕੇ ਮੈਨੂੰ ਹੈਗਾ ਕਿ ਜੋ ਮੇਰੀ ਪ੍ਰੋਡਕਸ਼ਨ ਹਾਊਸ ਦੇ ਥੱਲੇ ਕੰਟੈਂਟ ਬਣੇ ਉਹ ਚੰਗਾ ਹੀ ਬਣੇ ਬਾਕੀ ਪਰਮਾਤਮਾ ਜੀ ਦੇ ਹੱਥ ਹੈ ਤੇ ਹੁਣੇ ਕਿੰਨੇ ਕੰਟੈਂਟ ਸਟੋਰੀਜ਼ ਪੜ੍ਹ ਲੀਆਂ ਤੁਸੀਂ ਨੈਕਸਟ ਪ੍ਰੋਜੈਕਟ ਵਾਸਤੇ ਹਜੇ ਤਾਂ ਮੈਂ ਬਿਕੋਜ਼ ਇਹਦੇ ਉੱਪਰ ਚੱਲ ਰਹੇ ਆਪਾਂ ਗੱਲ ਕਰਾਂਗੇ ਲੇਕਿਨ ਮੈਂ ਵੈਸੇ ਪੁੱਛ ਰਿਹਾ ਕਿ ਕਿੰਨੀ ਸਟੋਰੀਆਂ ਆਈਆਂ ਤੁਹਾਡੇ ਕੋਲ ਵੈਸੇ ਆਈਆਂ ਓਨੈਸਟਲੀ ਸਪੀਕਿੰਗ ਪੀਪਲ ਆਰ ਅਪਰੋਚਿੰਗ ਕਾਫੀ ਜਾਣੇ ਅਪਰੋਚ ਕਰ ਚੁੱਕੇ ਹੈ ਬਟ ਆਈ ਐਮ ਟੇਕਿੰਗ ਮਾਈ ਟਾਈਮ ਆਈ ਡੋਨਟ ਵਾਂਟ ਟੂ ਰਸ਼ ਥਿੰਗਸ ਆਈ ਐਮ ਟੇਕਿੰਗ ਮਾਈ ਟਾਈਮ as I said kyunki life is already it's not just the production yes. house that I have other businesses that yes. I'm taking care yes. of so I want to take my time and not rush things yeah but certainly it would be a good story it would be a good content it would be good work yes aur matlab ki mainu eh hai ki you know time delay nahi lagna chahiye matlab ki jidda hun tusi ek project kitta to mainu lagda ki you know zyada delay nahi karna chahiye dooje project hai na because saadi market jehdi hai na oh badi jaldi you know bhul jandi hai matlab ki ha the industry is as such yes it is matlab ki because sanu market ch bane rehna chahida kuch na kuch yeah but then we have to look at this way as well jehdi production hai ya film and it's very expensive yes, movie yes. banana is not easy yeah. thing right it's lot of money involvement and it's lot of risk it is to deal with lot of people yes. actors to leke it's so change lokan da vi naal judna bahut zaruri yes. hai ga and that's yes. oh, so oh sara kuch prioritize karke tu apne mind ch chalde ho then it is yeah you need to work on yes. that yeah te kadi kisi ne tantrum dikhaye
ਸੈੱਟ ਤੇ ਨੋ ਨੇਮਸ ਬਟ ਯਾ ਹੈ ਨਾ ਹੋ ਜਾਂਦਾ ਹੈ ਨਾ ਤੁਸੀਂ ਕਹਿਣਾ ਸੀ ਮੇਰੇ ਅੱਗੇ ਕਿਤੇ ਕੌਣ ਦਿਖਾ ਰਿਹਾ ਯਾਰ ਇਹ ਬਟ ਤਾਂ ਮੈਂ ਬਾਰ ਬਾਰ ਕਹਿ ਰਹੀ ਹਾਂ ਕਿ ਜਿਹੜੀ ਹੰਬਲਨੈਸ ਹੈ ਨਮਰਤਾ ਹੈ ਨਾ ਉਹ ਇਨਸਾਨ ਨੂੰ ਬਹੁਤ ਉੱਪਰ ਲੈ ਕੇ ਜਾਂਦੀ ਹੈ ਸੋ ਉਹਦੇ ਤਰੀਕੇ ਨਾਲ ਹੀ ਜੇ ਆਪਾਂ ਚੱਲੀਏ ਤਾਂ ਉਹ ਕਹਿੰਦੇ ਨਾ ਪਰਮਾਤਮਾ ਭਾਗ ਉੱਥੇ ਹੀ ਲਾਉਂਦਾ ਹੈ ਤੇ ਹੁਣ ਕਿੰਨੇ ਦਿਨ ਲਈ ਇੰਡੀਆ 'ਚ I am here for another about 4-5 days. ਫਿਰ ਇਸ ਤੋਂ ਬਾਅਦ ਟੋਰੋਂਟੋ ਟੋਰੋਂਟੋ ਤੋਂ ਬਾਅਦ ਐਲਏ ਔਰ ਮੈਂ ਦੇਖਿਆ ਸੀ ਤੁਸੀਂ ਦੁਬਈ ਦੀ ਫੋਟੋ ਪਾਈ ਸੀ ਤੁਸੀਂ ਆਈ ਥਿੰਕ ਸਵੇਰੇ ਸਵੇਰੇ ਦੀ ਪਾਈ ਸੀ ਚਾਹ ਦੀ ਕੁਛ ਹੈ ਨਾ ਹਾਂਜੀ ਆਈ ਵਾਸ ਇਨ ਦੁਬਈ ਕਿੱਦਾਂ ਸੀ ਸੀਗੀ ਚਾਹ ਬਹੁਤ ਵਧੀਆ ਮੈਨੂੰ ਕੈਪੂਚੀਨੋਸ ਐਂਡ ਇੰਡੀਅਨ ਚਾਹ ਮਸਾਲੇ ਵਾਲੀ ਦੋਨੋਂ ਬਹੁਤ ਪਸੰਦ ਨੇ ਮੈਨੂੰ ਮੈਨੂੰ ਇੱਦਾਂ ਕਿਉਂ ਲੱਗ ਰਿਹਾ ਕਿ ਯੂ ਨੋ ਕਿ ਜਿੱਦਾਂ ਤੁਸੀਂ ਇੱਕ ਹੋਟਲ 'ਚ ਜਾ ਕੇ ਕਦੀ ਰੁਕੇ ਹੋ ਹੈ ਨਾ ਜਦੋਂ ਸਟਾਰਟਿੰਗ 'ਚ ਜਿੱਦਾਂ ਦੁਬਈ ਤੁਸੀਂ ਗਏ ਤਾਂ ਇੱਦਾਂ ਹੈ ਕਿ ਤੁਸੀਂ ਉਸੇ ਹੋਟਲ 'ਚ ਹੀ ਰੁਕਣਾ ਹੈ ਜਾ ਕੇ ਨਹੀਂ ਆਈ ਲਾਈਕ ਟੂ ਐਕਸਪੀਰੀਅੰਸ ਡਿਫਰੈਂਟ ਥਿੰਗਸ ਓਕੇ ਓਕੇ ਮਤਲਬ ਕਈ ਵਾਰ ਹੁੰਦਾ ਨਾ ਕਿ ਯੂ ਨੋ ਨਹੀਂ ਮੇਰਾ ਇੱਕ ਕੰਫਰਟ ਲੈਵਲ ਹੈ ਮੈਂ ਉੱਥੇ ਹੀ ਆਈ ਆਈ ਮੈਂ ਹਰ ਚੀਜ਼ ਆਈ ਵਾਂਟ ਟੂ ਐਕਸਪੀਰੀਅੰਸ ਐਵਰੀਥਿੰਗ ਸੋ ਮੈਂ ਮੈਂ ਦੁਬਈ ਹਰ ਵਾਰੀ ਜਾਣੀ ਹੈ ਤਾਂ ਮੈਂ ਹਰ ਵਾਰੀ ਨਵੇਂ ਹੋਟਲ 'ਚ ਰਹਿਣੀ ਹਾਂ ਐਂਡ ਮੈਂ ਦੁਬਈ ਜਾਂਦੀ ਬਹੁਤ ਹਾਂ ਔਰ ਸਭ ਤੋਂ ਵਧੀਆ ਯੂ ਨੋ ਮਤਲਬ ਕਿ ਇੰਨਾ ਸੋਹਣਾ ਬਣਾਤਾ ਉਹਨਾਂ ਨੇ ਹਰ ਚੀਜ਼ ਖੜੀ ਕਰਤੀ ਹੈ ਐਕਚੁਅਲੀ ਯੂ ਨੋ ਵਟ ਆਈ ਵੁੱਡ ਸੇ ਹੁਣ ਇਟਸ ਮਾਇਆਮੀ ਵਾਈਬਸ ਬਿਲਕੁਲ ਮਾਇਆਮੀ ਵਰਗਾ ਹੈ ਦੁਬਈ ਤੇ ਕਿੰਨੀ ਵਾਰ ਗਏ ਹੋ ਮਾਇਆਮੀ ਮਿਆਮੀ ਤਾਂ ਬਹੁਤ ਵਾਰ ਜਾਈਦਾ ਮਿਆਮੀ ਤਾਂ ਗਵਾਂਢ ਚ ਮਿਆਮੀ ਤਾਂ ਬਹੁਤ ਛੇਤੀ ਘਰ ਲੈ ਲੈਣਾ ਹਾਂ ਕਿਉਂਕਿ ਯੂ ਨੋ ਟੌਮ ਕ੍ਰੂਜ਼ ਕਿੱਥੇ ਰਹਿੰਦਾ ਟੌਮ ਕ੍ਰੂਜ਼ ਦੇ ਆਮ ਸ਼ੋਰ ਉਹਨਾਂ ਦੇ ਵੀ ਬਹੁਤ ਘਰ ਨੇ ਯਾ ਯਾ ਬੈਵਰਲੀ ਹਿਲਸ ਛੋੜਨਗੇ ਹੋਰ ਬੜੀ ਜਗ੍ਹਾ ਸਹੀ ਗੱਲ ਹੈ ਸਹੀ ਗੱਲ ਹੈ ਯੂ ਨੋ ਬਹੁਤ ਜਲਦੀ ਬੈਵਰਲੀ ਹਿਲਸ ਵੀ ਹੋਵੇ ਯਾ ਥੈਂਕ ਯੂ ਨਿਆਮਿਨ ਤੇ ਅਫਰੀਕਾ ਚ ਕਿੰਨੀ ਵਾਰ ਸਫਾਰੀ ਕੀਤੀ ਛੋਟੇ ਹੁੰਦਿਆਂ ਨੇ ਕਾਫੀ ਕੀਤੀ ਹੈ ਜਦੋਂ ਦੇ ਬਿਜ਼ਨਸ ਵੂਮਨ ਬਣੀ ਆ ਉਦੋਂ ਨਹੀਂ ਬਿਕਾਜ਼ ਇਟਸ ਆਲਵੇਜ਼ ਲਾਈਕ ਸਿਕਿਉਰਿਟੀ ਸਿਕਿਉਰ ਦਿਸ ਦੈਟ ਸੋ ਹਾਂ ਬਿਕਾਜ਼ ਉੱਥੇ ਥੋੜਾ ਜਿਹਾ ਹਨਾ ਹਜੇ ਵੀ ਰਿਸਕ ਹੈਗਾ ਹਾਂ ਬੱਚੇ ਗਏ ਕਦੀ ਨਹੀਂ ਅੱਛਾ ਤੇ ਉਹਨਾਂ ਨੇ ਕਿਹਾ ਬਟ ਯਾ ਮੇਰੇ ਦੋਨੋਂ ਬੇਟੇ ਦੇ ਵਿਸ਼ ਟੂ ਗੋ ਬਿਕਾਜ਼ ਜਿੱਥੇ ਉਹਨਾਂ ਨੂੰ ਹੈਗਾ ਕਿ ਜਿੱਥੇ ਸਾਡੀ ਮਾਮ ਯੂ ਨੋ ਪਲੇ ਨੇ ਰਹੇ ਨੇ ਪੜ੍ਹਾਈ ਕੀਤੀ ਹੈ ਅਸੀਂ ਉਹ ਦੇਖਣਾ ਚਾਹੁੰਦੇ ਹਾਂ ਸੋ ਦੇ ਵਾਂਟ ਟੂ ਗੋ ਟੂ ਆਦਿਸ ਅਬਾਬਾ ਉਹਨਾਂ ਨੇ ਆਪਣੇ ਨਾਨਾ ਜੀ ਨਹੀਂ ਦੇਖੇ ਹੋਏ ਬਿਕਾਜ਼ ਮੇਰੀ ਮੈਰਿਜ ਤੋਂ ਪਹਿਲਾਂ ਹੀ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਸੋ ਉਹ ਚੀਜ਼ ਉਹ ਸਟੋਰੀ ਸੁਣਦੇ ਨੇ ਉਹ ਸੋ ਦੇ ਵਾਂਟ ਟੂ ਬੀ ਅ ਪਾਰਟ ਆਫ ਦੈਟ ਤੇ ਯੂ ਨੋ ਸਾਰੀ ਐਜੂਕੇਸ਼ਨ ਤੁਹਾਡੀ ਇਥੋਪੀਆ 'ਚ ਹੀ ਹਾਂਜੀ ਮੈਂ ਸਿਰਫ ਗ੍ਰੈਜੂਏਟ ਬੀ ਏ ਕਰ ਬੈਚਲਰਸ ਕਰਨ ਇੰਡੀਆ ਆਈ ਸੀ ਉਦੋਂ ਹੀ ਆ ਸਾਰਾ ਕੁਛ ਹੋਇਆ ਜਿਹੜੀ ਪੰਜਾਬੀ ਫਿਲਮਸ ਕੀਤੀਆਂ ਸੀ ਦਾਰਾ ਸਿੰਘ ਅੰਕਲ ਗ੍ਰੈਜੂਏਸ਼ਨ ਮੈਂ ਦਿੱਲੀ ਯੂਨੀਵਰਸਿਟੀ ਓ ਨਾਈਸ ਤੇ ਦਿੱਲੀ ਕਿੰਨੇ 3 ਸਾਲ ਰਹੇ ਨਹੀਂ ਕੋਰਸਪੋਂਡੈਂਸ ਪਹਿਲੇ ਸਾਲ ਰਹਿ ਕੇ ਪਿਛਲੇ 2 ਸਾਲ ਕੋਰਸਪੋਂਡੈਂਸ ਜਾਨੀ ਕਿ ਫਿਲਮਸ ਮਿਲ ਗਈਆਂ ਸੀਗੀਆਂ ਤੇ ਇੱਥੇ ਪਾਪਾ ਮੰਮੀ ਸੀਗੇ ਨਾਲ ਜਾਂ ਨਹੀਂ ਕੋਈ ਹਾਂਜੀ ਉਹਦੇ ਪਾਪਾ ਮੰਮੀ ਸੀ ਓਕੇ ਸ਼ਿਫਟ ਹੀ ਕੀਤਾ ਸੀਗਾ ਹਜੇ ਅਫਰੀਕਾ ਤੇ ਪਾਪਾ ਹੁਣ ਮੈਨੂੰ ਇਕੱਲੇ ਛੱਡ ਦੋ ਘੱਟੋ ਘੱਟ ਬੰਕ ਤਾਂ ਮਾਰਨ ਦੋ ਤੇ ਮਾਰੇ ਸੀ ਬੰਕ ਸੋ ਪਾਪਾ ਜਦੋਂ ਫਿਲਮਸ ਕਾਫੀ ਪਪੂਲੈਰਿਟੀ ਹੋ ਗਈ ਸੀ ਉਸ ਟਾਈਮ 'ਚ ਐਂਡ ਬਿਕਾਜ਼ ਐਡਿਡ ਉਸ ਟਾਈਮ ਦੇ ਦਿੱਗਜ ਐਕਟਰਸ ਨਾਲ ਕੰਮ ਕੀਤਾ ਸੀ ਤੇ ਦਾਰਾ ਸਿੰਘ ਅੰਕਲ ਜੀ ਫਿਲਮਸ 'ਚ ਲੈ ਕੇ ਗਏ ਸੀ ਉਹਦੇ ਕਰਕੇ ਵੀ ਬਹੁਤ ਪਾਪੂਲੈਰਿਟੀ ਹੋ ਗਈ ਸੀ ਕਿ ਦਾਰਾ ਸਿੰਘ ਜੀ ਮੂਵੀ 'ਚ ਲੈ ਕੇ ਆਇਆ ਪੀਪਲ ਯੂਜ਼ ਟੂ ਕੰਪੇਅਰ ਮੀ ਵਿਦ ਦਲਜੀਤ ਕੌਰ ਮੈਮ ਤੇ ਕਿਉਂਕਿ ਉਹ ਕਿੰਨੇ ਸੁਨੱਖੇ ਸੀਗੇ ਕਿਉਂ ਕਹਿੰਦੇ ਸੀ ਉੱਚੇ ਲੰਬੇ ਕੱਦ ਦੀ ਜੇ ਕੁੜੀ ਦਲਜੀਤ ਕੌਰ ਤੋਂ ਬਾਅਦ ਆਈ ਹੈ ਗੁਗਨੀ ਗਿੱਲ ਆਈ ਹੈ ਐਂਜੋ ਫਿਰ ਪਾਪਾ ਕਹਿੰਦੇ ਕਿ ਨਹੀਂ ਇਹਦੀ ਉਮਰ ਛੋਟੀ ਹੈ ਫਿਰ ਉਹਨੇ ਮੈਨੂੰ ਕੈਨੇਡਾ ਭੇਜ ਦਾ ਪੜ੍ਹਨ ਉਹ ਕਹਿੰਦੇ ਕਿ ਦੈਟਸ ਇਟ ਕਾਲ ਇਟ ਕੁਇਟਸ ਪੜ੍ਹਨਾ ਜ਼ਰੂਰੀ ਹੈ ਸਹੀ ਗੱਲ ਹੈ ਕੈਨੇਡਾ ਨਹੀਂ ਜੇ ਵਿਗੜ ਜਾਣਾ ਤੂੰ ਤੂੰ ਚਲੋ ਕੈਨੇਡਾ ਕਹਿੰਦੇ ਵਿਗੜ ਜਾਣਾ ਤੂੰ ਸੋ ਉਹਨਾਂ ਨੂੰ ਸੀਗਾ ਕਿ ਨਹੀਂ ਪੜ੍ਹਾਈ ਮੈਂ ਉਹ ਪੜ੍ਹਾਈ ਤੇ ਬਹੁਤ ਤਵੱਜੂ ਨਹੀਂ ਉਹ ਬਹੁਤ ਜ਼ਰੂਰੀ ਹੈ ਯੂ ਨੋ ਸਟੱਡੀਜ਼ ਤੁਹਾਡੀ ਬਹੁਤ ਜ਼ਰੂਰੀ ਮੈਟਰ ਕਰਦਾ ਚਾਹੇ ਤੁਸੀਂ ਜੋ ਮਰਜ਼ੀ ਕਰੋ ਲੇਕਿਨ ਇੱਕ ਡਿਗਰੀ professional honi badi zaruri hai you know aur ek girls course especially yeah hai na you have to and be and then I got married I had kids right away then I wanted to give time to my children so main kafi saal bachiyan naal kar because I wanted to be a mother who is there for her children so in fact hun jo kuch bhi kar rahi hai agar filma ch bhi wapas aayi hai it's because of my sons unhon ne si mamma you need to do it mamma you need to do it so te unhon ne film dikhai haanji ਕਿੱਦਾਂ ਲੱਗੀ ਫੀਲ ਵੈਰੀ ਪ੍ਰਾਊਡ ਤੇ ਕਿੰਨੇ ਕੋਨੇ ਦਿਖਾਈ ਹੈ ਵੈਸੇ ਦਿਖਾਤੀ ਕਿਸ ਨੂੰ ਦਿਖਾਇਆ ਪ੍ਰਾਈਵੇਟਲੀ ਕਿਸ ਨੂੰ ਨਹੀਂ ਨਾਟ ਮੀ ਉਹ ਟੀਮ ਨੇ ਦਿਖਾਇਆ ਹੋਵੇ ਤਾਂ ਮੈਨੂੰ ਪਤਾ ਨਹੀਂ ਬਟ ਨਾਟ ਮੀ ਹਸਬੰਡ ਨੇ ਦੇਖੀ ਹਾਂਜੀ ਕਿੱਦਾਂ ਲੱਗੀ ਤਾਂ ਸਟਾਰਟਿੰਗ ਤੋਂ ਐਂਡ ਤੱਕ ਦੇਖੀ ਨਹੀਂ ਨਹੀਂ ਮੈਂ ਫਾਈਨਲ ਕੱਟ ਜੇ ਮੇਰੀ ਮੇਰਾ ਕੋਈ ਕ੍ਰਿਟਿਕ ਹੈ ਨਾ ਉਹ ਸਭ ਨਾਲੋਂ ਵੱਡਾ ਮੈਂ ਹੀ ਹਾਂ ਨਹੀਂ ਮੈਂ ਆਪਣੇ ਆਪ 'ਚ ਬਹੁਤ ਖਾਮੀਆਂ ਦੇਖਦੀ ਹਾਂ ਔਰ ਕੱਢਣੀਆਂ ਵੀ ਚਾਹੀਦੀਆਂ ਆਪਣੀਆਂ ਅੰਦਰ ਖਾਮੀਆਂ ਨਾ ਬਿਕੋਜ਼ ਯੂ ਨੋ ਦੂਸਰਾ ਦੱਸਦੇ ਉਸ ਤੋਂ ਪਹਿਲਾਂ ਤਾਂ ਆਪਣੇ ਆਪ 'ਚ ਹੀ
ਸਾਨੂੰ ਪਤਾ ਹੋਣਾ ਚਾਹੀਦਾ ਕੀ ਇੰਪਰੂਵ ਕਰਨਾ ਹੈ। ਮੈਂ ਬੋ ਆਮ ਮਾਈ ਬਿਗੇਸਟ ਕ੍ਰਿਟਿਕ, ਮੈਂ ਆਪਣੇ ਆਪ ਚ ਸਿਰਫ ਫਲੋਸ ਦੇਖਦੀ ਹਾਂ ਕਿ ਮੇਰਾ ਫਲੋ ਕੀ ਆ। ਯੈਸ, ਤੇ ਕੀ ਸੀਗਾ ਹਸਬੰਡ ਦਾ ਰਿਐਕਸ਼ਨ ਜਦ ਦੇਖੀ ਫਾਈਨਲ ਕੱਟ ਦੇਖਿਆ ਉਹਨਾਂ ਦਾ? ਹੀ ਇਜ਼ ਵੈਰੀ ਪ੍ਰਾਊਡ ਆਫ ਮੀ, ਆਈ ਥਿੰਕ ਹੀ ਇਜ਼ ਆਲਵੇਜ਼ ਬੀਨ ਵੈਰੀ ਪ੍ਰਾਊਡ ਆਫ ਮੀ, ਬਿਕਾਜ਼ ਉਹਨਾਂ ਨੂੰ ਹੈਗਾ ਕਿ ਯੂ ਨੋ ਮੈਂ ਕਾਫੀ ਕੁਝ ਆਪਣੀ ਜ਼ਿੰਦਗੀ ਚ ਅਚੀਵ ਕੀਤਾ ਹੈਗਾ, ਐਂਡ ਸੋ ਹੀ ਟੇਕਸ ਲੋਟ ਆਫ ਪ੍ਰਾਈਡ ਇਨ ਮੀ, ਸੋ ਡੂ ਮਾਈ ਕਿਡਸ, ਐਂਡ ਇਟ ਇਜ਼ ਵਾਈਸ ਵਰਸਾ, ਆਈ ਟੇਕ ਅ ਲੋਟ ਆਫ ਪ੍ਰਾਈਡ ਇਨ ਮਾਈ ਹਸਬੈਂਡ। ਉਹ ਲੁਧਿਆਣੇ ਤੋਂ ਬਹੁਤ ਛੋਟੀ ਉਮਰ 'ਚ ਗਏ ਹੋਏ ਨੇ ਪਿੰਡ 'ਚੋਂ ਪੜ੍ਹ ਕੇ, ਅਤੇ ਇੰਗਲਿਸ਼ ਵੀ ਨਹੀਂ ਸੀ ਆਉਂਦੀ ਉਹਨਾਂ ਨੂੰ ਜਦੋਂ ਕੈਨੇਡਾ ਗਏ ਆ। ਉਹਨਾਂ ਨੇ ਆਪਣੀ ਮਿਹਨਤ ਦੇ ਬਲਬੂਤੇ 'ਤੇ, ਆਪਣੀ ਮੁਸ਼ਕਤ ਨਾਲ ਉਹ ਕਿੱਥੋਂ ਕਿੱਥੇ ਪਹੁੰਚੇ ਨੇ, ਇਜ਼ ਐਟ ਹਾਈਟਸ ਟੂਡੇ, ਐਂਡ ਆਈ ਐਮ ਵੈਰੀ ਵੈਰੀ ਪ੍ਰਾਊਡ ਟੂ ਬੀ ਹਿਜ਼ ਵਾਈਫ। ਯੈਸ, ਅਤੇ ਲਵ ਮੈਰਿਜ ਸੀਗੀ? ਹਾਂਜੀ, ਲਵ ਮੈਰਿਜ ਸੀਗੀ, ਇਟ ਵਾਸ ਅ ਲਵ ਮੈਰਿਜ। ਪੁੱਛਣਾ ਜ਼ਰੂਰੀ ਹੈ ਨਾ, ਬਿਕੋਜ਼ ਯੂ ਨੋ ਟਾਈਮ ਘੱਟ ਨਹੀਂ ਤਾਂ ਮੈਂ ਪੂਰੀ ਫਿਰ ਕਹਾਣੀ ਸੁਣਦਾ ਤੁਹਾਡੇ ਤੋਂ। ਕਿੱਥੇ ਮਿਲੇ ਸੀਗੇ, ਕਿੱਥੇ ਮਿਲੇ ਸੀਗੇ ਵੈਸੇ? ਇਟ ਵਾਸ ਕੈਨੇਡਾ ਹੀ ਮਿਲੇ ਸੀ। ਓਕੇ ਓਕੇ, ਠੀਕ, ਅਤੇ ਥੈਂਕ ਯੂ ਸੋ ਮਚ ਮੈਮ, ਮੈਨੂੰ ਬੜਾ ਵਧੀਆ ਲੱਗਿਆ। ਅਤੇ ਕਦ ਆ ਰਹੀ ਹੈ ਮੂਵੀ? ਇਹ 15 ਮਾਰਚ। 15 ਮਾਰਚ ਨੂੰ ਦਰਸ਼ਕਾਂ ਨੂੰ ਐਂਡ ਲਿਸਨਰਸ ਨੂੰ ਇਹੀ ਕਹਿਣਾ ਚਾਹੂੰਗੀ ਕਿ ਪਲੀਜ਼ 15 ਮਾਰਚ ਨੂੰ ਹੁੰਮ ਹੁਮਾ ਕੇ ਆਪਣੇ ਨੇੜਲੇ ਸਿਨੇਮਾ ਘਰਾਂ 'ਚ ਜ਼ਰੂਰ ਪਹੁੰਚਿਓ। ਪਲੀਜ਼ ਨਿਖਿਲ, ਤੁਸੀਂ ਵੀ ਦੇਖਿਓ। ਨਹੀਂ ਨਹੀਂ, ਪੱਕਾ ਪੱਕਾ, ਮੈਂ ਅਰਦਾਸ ਕਰਦੀ ਹਾਂ ਕਿ ਸਭ ਨੂੰ ਮੇਰੀ ਮੂਵੀ ਪਸੰਦ ਆਵੇ, ਮੇਰਾ ਕੰਮ ਪਸੰਦ ਆਵੇ, ਪਿਆਰ ਮਿਲੇ, ਤਾਂ ਕਿ ਗਾਂ ਹੋਰ ਕੰਟੈਂਟ ਲੈ ਕੇ ਆਈਏ ਪੰਜਾਬੀ ਸਿਨੇਮਾ 'ਚ। ਤੁਸੀਂ ਗੱਲ ਕਹੀ ਨਾ, ਬਹੁਤ ਜ਼ਰੂਰੀ ਹੈ ਕਿ ਯੂ ਨੋ ਜੇ ਨਵਾਂ ਕੋਈ ਬੰਦਾ ਆ ਰਿਹਾ ਨਾ, ਕੋਈ ਪ੍ਰੋਡਕਸ਼ਨ ਹਾਊਸ ਲੈ ਕੇ ਆ ਰਿਹਾ, ਤੇ ਪਲੀਜ਼ ਉਹਨੂੰ ਸਾਨੂੰ ਸਪੋਰਟ ਕਰਨਾ ਚਾਹੀਦਾ, ਬਿਕੋਜ਼ ਫਿਰ ਉਹ ਅੱਛਾ ਕੰਟੈਂਟ ਬਣਾਏ, ਬਿਕੋਜ਼ ਨਹੀਂ ਤਾਂ ਫਿਰ ਤੁਸੀਂ ਉਹੀ ਦੇਖਦੇ ਰਹੋਗੇ ਜੋ ਤੁਸੀਂ ਦੇਖਦੇ ਆ ਰਹੇ ਹੋ, ਹੈ ਨਾ। ਜਦ ਤੱਕ ਤੁਸੀਂ ਨਹੀਂ ਕਿਸੇ ਨੂੰ ਨਵੇਂ ਚਾਂਸ ਦਿਓਗੇ, ਉਹਨਾਂ ਦੇ ਜਿਹੜੇ ਪੈਸੇ ਲੱਗੇ ਨੇ ਘੱਟੋ ਘੱਟ ਉਹ ਪੂਰੇ ਨਹੀਂ ਹੋਣਗੇ, ਤਾਂ ਉਹ ਰਿਸਕ ਨਹੀਂ ਲੈਣਗੇ, ਤਾਂ ਪਲੀਜ਼ ਇਹ ਤਾਂ ਜ਼ਰੂਰੀ ਹੈ ਥੋੜ੍ਹਾ ਜਿਹਾ, ਹੈ ਨਾ। ਆਈ ਥਿੰਕ ਨਿਊ ਫੇਸਿਸ ਨੀਡ ਟੂ ਬੀ ਗਿਵਨ ਚਾਂਸ ਆਪਣੇ। ਚਲੋ ਮੈਂ ਤਾਂ ਮੇਰਾ ਤਾਂ ਪ੍ਰੋਡਕਸ਼ਨ ਹਾਊਸ ਵੀ ਆ, ਪਰ ਮੈਂ ਕਹਿੰਦੀ ਹਾਂ ਕਿ ਉੱਦਾਂ ਵੀ ਨਿਊ ਫੇਸਿਸ ਕਿੰਨੀਆਂ ਪੰਜਾਬ 'ਚ ਸੋਹਣੀਆਂ ਕੁੜੀਆਂ ਨੇ, ਟੈਲੈਂਟ ਹੈ, ਤੁਸੀਂ ਨਿਊ ਫੇਸਿਸ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ, ਚਾਂਸ ਦੇਣਾ ਚਾਹੀਦਾ, ਰਾਈਟ, ਰਿਗਾਰਡਲੈਸ ਆਫ ਏਜ। ਹੁਣ ਜੇ ਮੈਨੂੰ ਵੀ ਕੋਈ ਕੰਮ ਐਂਡ ਰੋਲ ਚੰਗਾ ਮਿਲੇਗਾ, ਆਈ ਵੁੱਡ ਲਵ ਟੂ ਡੂ ਇਟ ਈਵਨ ਫੋਰ ਐਨੀ ਅਦਰ ਪ੍ਰੋਡਕਸ਼ਨ ਹਾਊਸ, ਰਾਈਟ, ਬਟ ਮੈਨੂੰ ਹੈਗਾ ਕਿ ਤੁਸੀਂ ਪਲੀਜ਼ ਯੂ ਨੋ ਐਡੇ ਸਾਡੇ ਚੰਗੇ ਨਿਰਦੇਸ਼ਕ ਹੈਗੇ ਆ ਬੈਠੇ, ਪ੍ਰੋਡਿਊਸਰਸ ਬੈਠੇ ਆ ਪੰਜਾਬ 'ਚ, ਡਾਇਰੈਕਟਰਸ ਬੈਠੇ ਨੇ, ਐਡੇ ਚੰਗੇ ਸਿੰਗਰਸ ਬੈਠੇ ਨੇ ਜਿਹੜੇ ਆਪ ਮੂਵੀਜ਼ ਬਣਾਉਂਦੇ ਨੇ, ਰਾਈਟ, ਸੋ ਆਈ ਵੁੱਡ ਓਨੈਸਟਲੀ ਰਿਕੁਐਸਟ ਦੈਮ ਕਿ ਯੂ ਨੋ ਗਿਵ ਚਾਂਸਿਸ ਟੂ ਨਿਊ ਫੇਸਿਸ, ਯੂ ਨੋ, ਯਾ, ਦੇਅਰ ਇਜ਼ ਲੋਟ ਆਫ ਟੈਲੈਂਟ ਪੰਜਾਬ, ਬਹੁਤ ਜ਼ਿਆਦਾ। ਔਰ ਕਿਉਂਕਿ ਜਦ ਤੱਕ ਅਸੀਂ ਨਹੀਂ ਦੇਵਾਂਗੇ ਤਦ ਤੱਕ ਦੂਜਾ ਥੋੜ੍ਹਾ ਕੋਈ, ਹੈ ਨਾ। ਔਰ ਜਦ ਜਿਹੜਾ ਬੰਦਾ ਕੈਪੇਬਲ ਹੋਵੇ ਨਾ, ਉਹਨੂੰ ਤਾਂ ਵੈਸੇ ਵੀ ਕਰਨਾ ਚਾਹੀਦਾ, ਐਗਜੈਕਟਲੀ, ਹੈ ਨਾ। ਹੁਣ ਬਾਲੀਵੁੱਡ ਕਿਉਂ ਤਰੱਕੀ ਕਰਦਾ, ਕਿਉਂਕਿ ਬਾਲੀਵੁੱਡ ਇਹ ਨਹੀਂ ਦੇਖਦਾ ਕਿ ਤੁਸੀਂ ਕੌਣ ਹੋ, ਉਹ ਇਹ ਦੇਖਦਾ ਕਿ ਤੁਸੀਂ ਇਸ ਰੋਲ ਲਈ ਸੈੱਟ ਹੋ। ਹਾਂਜੀ, ਯਾ, ਇਟ ਸ਼ੁੱਡ ਬੀ ਅਕੋਰਡਿੰਗ ਟੂ ਦ ਰੋਲ, ਰਾਈਟ, ਜਿਹੜਾ ਇਨਸਾਨ ਜਿਹੜੇ ਰੋਲ ਵਿੱਚ ਜਾ। ਈਵਨ ਦੋ ਮੇਰੀ ਆਹ ਮੂਵੀ ਆਪਣੀ ਪ੍ਰੋਡਕਸ਼ਨ ਸੀਗੀ, ਬਟ ਮੈਂ ਇਹ ਥੋੜ੍ਹੀ ਹੈ ਕਿ ਮੈਂ ਹਵਾ 'ਚ ਉੱਡਦੀ ਫਿਰੀ ਹਾਂ ਵੀ ਹਾਂਜੀ ਜੀ ਤੁਸੀਂ ਮੈਨੂੰ ਬਣਾ ਦਿਓ ਸੁਪਰ ਵੂਮਨ, ਹੈ ਨਾ। ਮੈਂ ਉਹ ਕਰਨਾ ਚਾਹੁੰਦੀ ਸੀ ਜੋ ਮੇਰੇ 'ਤੇ ਜਚੇ, ਰਾਈਟ, ਮੇਰੇ ਤੁਸੀਂ ਪਰਸਨੈਲਿਟੀ, ਏਜ ਵਾਈਜ਼, ਐਵਰੀਥਿੰਗ, ਚਾਹੇ ਮੈਂ ਆਪਣੀ ਏਜ ਦੀ ਲੱਗਦੀ ਹਾਂ, ਨਹੀਂ ਲੱਗਦੀ, ਦੈਟਸ, ਬਟ ਸਟਿਲ ਮੈਨੂੰ ਪਤਾ ਕਿ ਮੈਂ ਕੀ ਕਰ ਸਕਦੀ ਹਾਂ, ਮੈਂ ਕਿੱਦਾਂ ਕਰ ਸਕਦੀ ਹਾਂ, ਮੈਂ ਕਿਹੋ ਜਿਹੇ ਰੋਲ 'ਚ ਚੰਗੀ ਲੱਗ ਸਕਦੀ ਹਾਂ, ਯੂ ਨੋ, ਸੋ ਦੈਟਸ ਹਾਊ ਇਟ ਸ਼ੁੱਡ ਬੀ। ਤੁਸੀਂ ਚਾਂਸਿਸ ਵੀ ਉੱਦਾਂ ਹੀ ਦਿਓ ਕਿ ਯੂ ਨੋ ਕੋਈ ਇਨਸਾਨ ਜੇ ਤੁਹਾਨੂੰ ਲੱਗਦਾ ਕਿ ਇਸ ਰੋਲ 'ਚ ਫਿੱਟ ਬੈਠਦਾ, ਗਿਵ ਇਟ ਟੂ ਦੈਮ, ਯੂ ਨੋ, ਗਿਵ ਬ੍ਰਿੰਗ ਨਿਊ ਫੇਸਿਸ ਇਨ, ਸੋ ਦੈਟ ਆਡੀਅੰਸ ਵੀ ਜਦੋਂ ਸਿਨੇਮਾ 'ਚ ਆਵੇ ਉਹ ਵੀ ਥ੍ਰਿਲਡ ਹੋਣ ਕਿ ਹਾਂ ਅਸੀਂ ਕੁਛ ਨਵਾਂ ਦੇਖਣ ਜਾ ਰਹੇ ਹਾਂ। ਯੈਸ, ਯੈਸ, ਯੂ ਨੋ, ਜਿੱਦਾਂ ਐਨੀਮਲ 'ਚ ਯੂ ਨੋ ਰਣਬੀਰ ਕਪੂਰ ਨੇ ਐਕਟਿੰਗ ਕੀਤੀ ਹੈ, ਮੈਨੂੰ ਲੱਗਦਾ ਕਿ ਯੂ ਨੋ ਇਹ ਐਕਟਿੰਗ ਹੁੰਦੀ ਹੈ, ਹੈ ਨਾ। ਮਤਲਬ ਕਿ ਚਾਹੇ ਕੰਟੈਂਟ ਉਹਦਾ ਜੋ ਵੀ ਸੀਗਾ, ਹੈ ਨਾ, ਆਪਾਂ ਜੋ ਮਰਜ਼ੀ ਕਹੀਏ ਕਿ ਮੇਲ ਸ਼ੋਵਨਿਸ ਸੀਗੀ ਜਾਂ ਜੋ ਵੀ ਸੀਗਾ ਉਹਦੇ ਵਿੱਚ, ਹੈ ਨਾ, ਤੇ ਲੇਕਿਨ ਜੋ ਉਹਨੇ ਐਕਟਿੰਗ ਕੀਤੀ ਹੈ ਰਣਬੀਰ ਨੇ, ਇਟਸ ਟੂ ਗੁੱਡ। ਈਵਨ ਦੇਖੋ ਬੌਬੀ ਦਿਓਲ ਜੀ, ਉਹਨਾਂ ਦੇ 10 ਮਿੰਟ ਦਾ ਰੋਲ ਸੀ, ਨਾਟ ਈਵਨ ਅ ਸਿੰਗਲ ਡਾਇਲੋਗ, ਬਟ ਇਟਸ ਦ ਐਕਟਿੰਗ। ਉਹਨਾਂ ਦੀ ਏਜ, ਨੋਬਡੀ, ਹੀ ਇਜ਼ 54 ਨਾਓ ਇਫ ਆਮ ਨਾਟ ਮਿਸਟੇਕਨ, ਇਟਸ ਨਾਟ ਅਬਾਊਟ ਏਜ, ਯੂ ਨੋ, ਇਟ ਸ਼ੁੱਡ ਨੈਵਰ ਬੀ ਅਬਾਊਟ ਏਜ, ਐਂਡ ਨਾਟ ਓਨਲੀ ਫੋਰ ਮੇਲ, ਈਵਨ ਫੋਰ ਫੀਮੇਲ। ਤੁਸੀਂ ਕੰਮ ਦੇਖੋ, ਤੁਸੀਂ ਯੂ ਨੋ ਇਹ ਦੇਖੋ ਕੌਣ ਕਿੱਥੇ ਫਿੱਟ ਬੈਠਦਾ, ਕਿਹੜੇ ਰੋਲ 'ਚ ਫਿੱਟ ਬੈਠਦਾ, ਐਂਡ ਉਹੀ ਜੇ ਉਹਨਾਂ ਨੂੰ ਕੰਟੈਂਟ ਦਿਓ, ਉਹੀ ਜਿਹੇ ਕੰਟੈਂਟਡ ਮੂਵੀਜ਼ ਬਣਾਓ, ਐਂਡ ਯੂ ਨੋ, ਯੈਸ। ਤੇ ਮੈਨੂੰ ਲੱਗ ਰਿਹਾ ਹੈ ਕਿ ਮੈਮ ਦਾ ਜਿਹੜਾ ਅਗਲੀ ਪਿਕਚਰ ਆਏਗੀ ਥੋੜ੍ਹੀ ਯੂ ਨੋ ਹੋਰ ਪੰਜਾਬ ਨੂੰ ਹਿਲਾਏਗੀ ਥੋੜ੍ਹੀ ਜਿਹੀ, ਹੈ ਨਾ। ਆਈ ਰੀਲੀ ਹੋਪ ਸੋ, ਆਈ ਐਮ ਵੈਰੀ ਹੰਬਲ ਵਿਦ ਯੋਰ ਵਰਡਸ, ਬਟ ਆਈ ਰੀਲੀ ਹੋਪ ਸੋ ਕਿ ਪਹਿਲਾਂ ਤਾਂ ਆਹੀ ਦਰਸ਼ਕ ਪਸੰਦ ਕਰਨ, ਪਿਆਰ ਕਰਨ। ਪਹਿਲਾ ਪ੍ਰੋਜੈਕਟ ਹੈਗਾ ਵਾਈਟ ਹਿਲ ਤੋਂ ਆ ਰਹੀ ਹੈ। ਹਾਂਜੀ, ਵਾਈਟ ਹਿਲਸ, ਵਾਈਟ ਹਿਲ, ਹੈ ਨਾ, ਵਾਈਟ ਹਿਲ ਤੋਂ।
ਤੇ ਆਲ ਓਵਰ ਡਿਸਟ੍ਰੀਬਿਊਟਰ ਵੀ ਹੋਏ ਨੇ ਹੈ ਨਾ ਹਾਂਜੀ ਦੇ ਆਰ ਓਕੇ ਤੇ ਆਲ ਓਵਰ ਦਾ ਵਰਲਡ ਇਜ਼ ਰਿਲੀਜ਼ਿੰਗ ਔਨ 15th March ਆਈ ਐਮ ਨੋਟ ਸ਼ੋਰ ਇਫ ਇਟਸ ਆਲ ਓਵਰ ਦਾ ਵਰਲਡ ਔਰ ਇਜ਼ ਇਟ ਆਲ ਇੰਡੀਆ ਰਿਲੀਜ਼ ਓਕੇ 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 ਬਟ ਯਾ ਦਾ ਵਰਲਡ ਵਿਲ ਗੈਟ ਟੂ ਸੀ ਇਟ ਬਿਕਾਜ਼ ਇਟ ਵਿਲ ਗੋ ਔਨ ਆਈ ਥਿੰਕ ਸੋ ਯਾ ਇਟ ਵਿਲ ਗੋ ਔਨ IPTVs ਔਰ ਮੇਬੀ ਆਈ ਡੋਨਟ ਨੋ ਇਫ ਦੇ ਹੈਵ plans to release it on Netflix or Amazon. Okay. Yeah. Te premiere rakh rahe ho? Nahin, premiere nahin rakh rahe because no artist is available. Even I am not available. Te press conference koi? I'm not you sure. Know, media is ki wait ta kar rahe hoega ki, you know, Gugni aave saade saamne. Yeah, everybody is approaching me, but Gugni, I'm so sorry to say that, but I have no time. I know Monday I have, and then Tuesday I'm gone. Te Bombay bhi jana hai je. Haan ji, haan ji. Te koi nahi, jide bhi pending kam rahe ne, agli picture ch pure kar lange. Ji. First film, darshakan tak ja rahi hai, cinema halls ja rahi hai. I hope it gets some love. Bilkul, bilkul. Yeah. Nahi tha New Zealand wali jehdi friend hai, unne kinni dressaan dittiyan si, premier league ditti si. She's like my little sister, so yeah, she's been very kind. Mainnu bahut si ki main ohde... Nahi, premier league rakhi si waise unne. Premier, pata si waise socha si unne. I already knew it, okay. I won't be able to do it because I won't be available. Mainnu aar trip da pata hi nahi si, main kar sakdi hai ki nahi kar sakdi, but I was able to take 4 days out. Yes. Yeah. Te, you know, agli baar lehi phir... ਸੋਨੀ ਹੈ ਨਾ ਨਾਮ ਹੈ ਉਹਨਾਂ ਦਾ ਸੋਨੀ ਡਿਜ਼ਾਈਨ ਕਰੇਗੀ ਚਲੋ ਤੁਸੀਂ ਸੋਨੀ ਨੂੰ ਪੂਰਾ ਪ੍ਰਮੋਟ ਕਰਤਾ ਵੈਰੀ ਹੈਪੀ ਅਬਾਊਟ ਨਹੀਂ ਨਹੀਂ ਪ੍ਰਮੋਸ਼ਨ ਬਿਕੋਜ਼ ਯੂ نو ਡਰੈਸ ਇੰਨੀ ਅੱਛੀ ਲੱਗ ਰਹੀ ਹੈ ਯੂ نو ਤੁਸੀਂ ਔਰ ਉਹ ਵੀਡੀਓ ਬਣਾ ਰਹੇ ਮੈਨੂੰ ਸੀਗਾ ਕਿ ਉਹਨਾਂ ਯੂ نو ਇੰਟਰਵਿਊ ਚ ਪ੍ਰਮੋਟ ਕਰ ਦਈਏ ਯੂ ਸੋਨੀ ਨੂੰ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਔਰ ਮੈਨੂੰ ਬੜਾ ਵਧੀਆ ਲੱਗਾ ਤੁਸੀਂ ਟਾਈਮ ਦਿੱਤਾ ਤੇ ਤੁਸੀਂ ਜਲਦੀ ਇੰਡੀਆ ਆਓ ਤੇ ਆਪਾਂ ਦੁਬਾਰਾ ਬੈਠ ਕੇ ਇਹਨੂੰ ਲੰਬੀ ਡਿਸਕਸ਼ਨ ਕਰੀਏ ਯੂ نو ਆਲ ਅਬਾਊਟ ਯੂਰ ਬਿਜ਼ਨਸ your life. We will do it. We will definitely. Thank you so and much. Thank you for having me in your thank studios. You so thank you.